ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸ਼੍ਰੋਮਣੀ ਅਕਾਲੀ ਦਲ ਇਹ ਉਹ ਦਲ ਹੈਗਾ ਜਿਹਨੇ ਬਲਦਾਨਾ ਦੇ ਸਹਾਰੇ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ। ਬਲਦਾਨਾ ਤੋਂ ਬਾਅਦ ਇਹ ਪਾਰਟੀ ਹੋਂਦ ਵਿੱਚ ਆਈ ਹੈ। ਇਸ ਦਲ ਦੇ ਵਿੱਚ ਜਿਹੜਾ ਬੰਦਾ ਜਾਂਦਾ, ਜਿਹੜਾ ਬੰਦਾ ਸ਼ਾਮਿਲ ਹੁੰਦਾ, ਜਿਹੜਾ ਆਗੂ ਸ਼ਾਮਿਲ ਹੁੰਦਾ, ਉਹ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਸਾਡੇ ਲਈ ਬਹੁਤ ਵੱਡਾ ਦਲ ਹੈ, ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਸਾਡੇ ਲਈ ਕੁਛ ਨਹੀਂ ਹੈ। ਜੇ ਅਕਾਲੀ ਦਲ ਛੱਡਾਂਗੇ ਤਾਂ ਇੱਕ ਹੋਰ ਅਕਾਲੀ ਦਲ ਬੁਲਾ ਲਵਾਂਗੇ, ਪਰ ਅਕਾਲੀ ਦਲ ਤੋਂ ਲਾਂਭੇ ਨਹੀਂ ਹੋ ਸਕਦੇ, ਕਿਸੇ ਹੋਰ ਪਾਰਟੀ 'ਚ ਜਾ ਸਕਦੇ। ਹਾਲਾਂਕਿ ਕਈ ਲੀਡਰ ਜਿਹੜੇ ਹੋਰਨਾਂ ਪਾਰਟੀਆਂ 'ਚ ਗਏ ਆ, ਪਰ ਬਹੁਤੇ ਲੀਡਰ ਇਹੋ ਜਿਹੇ ਹੈ ਜਿਨ੍ਹਾਂ ਨੇ ਅਕਾਲੀ ਦਲ ਵੱਖਰਾ ਬਣਾ ਲਿਆ, ਉਹਨਾਂ ਦੇ ਵੱਖ ਵੱਖ ਨਾਮ ਅੱਗੇ ਸਾਹਮਣੇ ਆ ਕੇ। ਪਰ ਹੁਣ ਅਕਾਲੀ ਦਲ ਤੋਂ ਕੁਝ ਆਗੂ ਹੈ ਜਿਹੜੇ ਲਾਂਭੇ ਹੋ ਰਹੇ ਆ, ਅਸਤੀਫੇ ਦੇ ਰਹੇ ਆ। ਇਹਨਾਂ ਅਸਤੀਫਿਆਂ ਦੇ ਵਿੱਚ ਸਭ ਤੋਂ ਵੱਡੀ ਵਜ੍ਹਾ ਜਿਹੜੀ ਦੱਸੀ ਗਈ ਹੈ ਉਹ ਸਿਹਤ ਦਾ ਹਵਾਲਾ ਦਿੱਤਾ ਗਿਆ। ਅਸੀਂ ਇੱਕੋ ਸਵਾਲ ਪੁੱਛਾਂਗੇ, ਸ਼੍ਰੋਮਣੀ ਅਕਾਲੀ ਦਲ ਇਸ ਵਕਤ ਕਿਹੜੇ ਕੰਢੇ 'ਤੇ ਖੜ੍ਹਾ ਅਤੇ ਅਕਾਲੀਆਂ ਦੀ ਸਿਹਤ ਵਿਗੜ ਕਿਉਂ ਰਹੀ ਹੈ? ਪੰਜ ਤਸਵੀਰਾਂ ਨਾਲ ਆਗਾਜ਼ ਕਰਦੇ ਹਾਂ ਅੱਜ ਦੀ ਚਰਚਾ ਦਾ। ਪੰਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਬਿਮਾਰ ਅਤੇ ਬਾਕੀ ਕਿਉਂ ਹੋ ਰਿਹਾ ਅਕਾਲੀ। ਸੁਖਦੇਵ ਸਿੰਘ ਢੀਂਡਸਾ, ਪਹਿਲੀ ਤਸਵੀਰ ਦੇ ਵਿੱਚ ਢੀਂਡਸਾ ਸਾਹਿਬ ਨੇ ਚਿੱਠੀ ਲਿਖੀ, ਉਹਦੇ ਵਿੱਚ ਸਿਹਤ ਦਾ ਵੀ ਹਵਾਲਾ ਦਿੱਤਾ। ਅਤੇ ਉਸ ਤੋਂ ਬਾਅਦ ਮਾਝੇ 'ਚ ਹਲਚਲ ਹੋਈ ਆ, ਮਾਝੇ ਦੇ ਮਜਾਇਲ ਇਕੱਠੇ ਹੁੰਦੇ ਆ, ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਆ, ਮੀਡੀਆ ਦੇ ਰੂਬਰੂ ਹੁੰਦੇ ਆ, ਅਤੇ ਇਸ਼ਾਰਿਆਂ ਵਿੱਚ ਬਹੁਤ ਕੁਝ ਕਹਿੰਦੇ ਆ ਕਿ ਮਾਝੇ ਨੂੰ ਕੁਝ ਮਿਲ ਜਾਵੇ, ਇਹਦੇ 'ਚ ਦਿੱਕਤ ਕੀ ਹੈਗੀ ਆ, ਪਰ ਰਵਾਂਗੇ ਅਸੀਂ ਅਕਾਲੀ। ਤੀਜੀ ਤਸਵੀਰ ਹੈ ਬਲਦੇਵ ਸਿੰਘ ਮਾਖਾ ਦੀ, ਇਹ ਬਠਿੰਡਾ ਜਿਹੜਾ ਪਾਰਲੀਮੈਂਟ ਹਲਕਾ ਉਹਦੇ ਵਿੱਚ ਆਉਂਦੇ ਆ, ਮਾਨਸਾ ਤੋਂ ਇਹ ਜਥੇਦਾਰ ਬਲਦੇਵ ਸਿੰਘ ਮਾਖਾ ਜਿਹੜੇ ਟਕਸਾਲੀ ਆਗੂ ਆ, ਉਹਨਾਂ ਨੇ ਵੀ ਅਸਤੀਫਾ ਦਿੱਤਾ। ਇਹਦੇ ਵਿੱਚ ਵੀ ਇੱਕ ਵੱਡੀ ਵਜ੍ਹਾ ਬਿਮਾਰੀ ਦੱਸੀ ਗਈ ਆ, ਸਿਹਤ ਦੀ ਦੱਸੀ ਗਈ ਆ। ਚੌਥੀ ਤਸਵੀਰ ਤੁਸੀਂ ਦੇਖ ਰਹੇ ਹੋ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਘਰ ਮਿਲਣੀ ਹੁੰਦੀ ਹੈ, ਇਹ ਮੁਲਾਕਾਤ ਕੀਤੀ ਜਾਂਦੀ ਹੈ। ਲੁਧਿਆਣਾ ਵਿੱਚ ਪ੍ਰਧਾਨ ਮਿਲਦੇ ਆ, ਮੌਜੂਦਾ ਪ੍ਰਧਾਨ ਪਾਰਟੀ ਦੇ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨਾਲ ਮੁਲਾਕਾਤ ਹੁੰਦੀ, ਬੰਦ ਕਮਰਾ ਮੀਟਿੰਗ ਹੁੰਦੀ ਹੈ। ਸਭ ਤੋਂ ਵਿਚਲੀ ਤਸਵੀਰ ਹੈ ਬਾਦਲਾਂ ਕਿਹੜੀ ਟੈਂਸ਼ਨ ਹੈਗੀ ਆ, ਰੈਲੀ ਤੋਂ ਪਹਿਲਾਂ ਰੌਲਾ ਪੈ ਰਿਹਾ, ਪਟਿਆਲਾ 'ਚ ਰੈਲੀ ਰੱਖੀ ਹੈ, ਉਸ ਤੋਂ ਪਹਿਲਾਂ ਸਿਆਸਤ ਹੈ ਜਿਹੜੀ ਉਹ ਪਾਕੀ ਹੈ, ਬਾਦਲਾਂ ਅੱਗੇ ਟੈਂਸ਼ਨ ਖੜੀ ਹੋ ਗਈ ਵੀ ਹੋਏਗਾ ਕੀ ਹੁਣ, ਇਸੇ ਕਰਕੇ ਰੁਸਮ ਮਨਾਉਣ ਦੀ ਕਵਾਇਤ ਚੱਲਦੀ ਪਈ ਆ। ਅਤੇ ਇਸ ਸਭ ਦੇ ਵਿਚਾਲੇ ਅਕਾਲੀ ਦਲ ਖੁਦ ਕੀ ਸੋਚਦਾ ਪਿਆ, ਖੁਦ ਅਕਾਲੀ ਦਲ ਦੀ ਟੈਂਸ਼ਨ ਜਿਹੜੀ ਹੈਗੀ ਉਹ ਸਭ ਦੇ ਵਿਚਾਲੇ, ਅਕਾਲੀ ਦਲ ਕੀ ਕਹਿ ਰਿਹਾ ਹੈਗਾ, ਪਹਿਲਾਂ ਅਕਾਲੀ ਦਲ ਦੀ ਸੁਣ ਲੈਂਦੇ। ਉਹ ਸਾਡਾ ਭਰਾ ਹੈ, ਪਾਰਟੀ ਦਾ ਲੀਡਰ ਹੈ, ਬੜਾ ਉਹਦਾ ਯੋਗਦਾਨ ਹੈ। ਕੁਛ ਉਹ ਬਿਮਾਰ ਬਿਮੂਰ ਰਹਿੰਦੇ ਆ, ਉਹਦੇ ਲੜਕੇ ਦਾ ਵੀ ਬਿਆਨ ਆ ਗਿਆ, ਅਤੇ ਕੋਈ ਗੱਲ ਨਹੀਂ, ਉਹ ਮੈਂ ਉਹਨਾਂ ਨੂੰ ਮਿਲੇਗਾ, ਉਹ ਪਾਰਟੀ ਦਾ ਸੰਸੀਰ ਲੀਡਰ ਹੈ। ਤੁਸੀਂ ਦੇਖਦੇ ਹੋ ਨਾ, ਜਦੋਂ ਵੀ ਮੈਂ ਆਉਣਾ ਲੁਧਿਆਣੇ, ਤੁਸੀਂ ਦੇਖਿਆ ਮੈਂ ਆਪਣੇ ਜਿੰਨੀ ਲੀਡਰਸ਼ਿਪ ਹੈ ਉਹਨਾਂ ਦੇ ਕਿਤੇ ਕੋਈ ਚਾਹ ਰੱਖ ਲੈਂਦਾ, ਕੋਈ ਦੱਸਦਾ, ਅਰੇ ਰੂਟੀਨ ਫਿਰ ਹੈ। ਕਿੰਨੀ ਵਾਰ ਮੈਂ ਇੱਥੇ ਆਇਆ, ਹੁਣ ਇਹਦੇ ਬਾਅਦ ਮਿਸ਼ਨ ਅਗਰਵਾਲ ਸਾਹਿਬ ਕੋਲ ਜਾਣੇ ਆ, ਸਪੀਕਰ ਸਾਹਿਬ ਕੋਲ ਜਾਣੇ। ਦੇਖੋ ਢੀਂਡਸਾ ਸਾਹਿਬ ਬਹੁਤ ਸੀਨੀਅਰ ਮੋਸਟ ਆਗੂ ਨੇ, ਰਾਦਰ ਮੈਂ ਕਹਿ ਸਕਦਾ ਕਿ ਮੈਨੂੰ ਰਾਜਨੀਤੀ ਦੇ ਵਿੱਚ ਇੱਕ ਐਸਾ ਸਮਾਂ ਹੈ ਜੀ ਖੜਾ ਕਰਨ ਵਾਲੇ ਢੀਂਡਸਾ ਸਾਹਿਬ ਨਹਿਰ ਸ਼ਰੀਫ ਨੇ ਚੰਗੇ ਨੇ, ਸਿਆਣੇ ਨੇ, ਮਿੱਤਰ ਨੇ, ਬਾਲ ਸਾਹਿਬ ਦੇ ਬਹੁਤ ਨੇੜੇ ਨੇ, ਸੁਖਬੀਰ ਨੂੰ ਵੀ ਪਿਆਰ ਕਰਦੇ ਨੇ, ਬਾਲ ਸਾਹਿਬ ਸੁਖਬੀਰ ਵਾਲੇ ਨੂੰ, ਅਤੇ ਕਹਿੰਦੇ ਆ ਵੀ ਚਲੋ ਕੋਈ ਗੁੱਸਾ ਮਨ ਵਿੱਚ ਹੁੰਦਾ ਹੈ, ਉਹ ਫਿਰ ਉਹ ਕਹਿੰਦੇ ਮੇਰੀ ਸਿਹਤ ਵੀ ਠੀਕ ਨੇ, ਮੈਨੂੰ ਵੀ ਪਤਾ ਜੋ ਕੁਛ ਵੀ ਹੋਇਆ ਵਾ, ਇਹ ਸਾਰੀਆਂ ਮੈਂ ਸਮਝਾ ਕਿਸੇ ਨਾ ਕਿਸੇ ਢਿੱਲ ਮੱਟ ਹੋਈ ਆ, ਤਾਂ ਹੀ ਲੋਕਾਂ ਦੇ ਵਿੱਚ ਅਡਜਸਟਮੈਂਟ ਹੈ। ਤੁਸੀਂ ਮੰਨਦੇ ਹੋ ਕਿ ਜਿਹੜੇ ਜਿਸ ਤਰ੍ਹਾਂ ਤੁਸੀਂ ਸੀਨੀਅਰ ਲੀਡਰ ਹੋ, ਬਾਦਲ ਸਾਹਿਬ ਸੀਨੀਅਰ ਲੀਡਰ ਨੇ, ਪ੍ਰਕਾਸ਼ ਸਿੰਘ ਬਾਦਲ ਜੀ, ਜਿਹੜੀ ਹੋਰ ਉਸ ਤੋਂ ਬਾਅਦ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਕਈ ਗਲਤੀਆਂ ਹੋਈਆਂ ਜਿਸ ਕਰਕੇ ਇਹ ਸਾਰਾ ਕੁਝ ਹੋਇਆ? ਨਹੀਂ, ਮੈਂ ਤਾਂ ਤੁਹਾਨੂੰ ਦੱਸਦਾ ਕੰਮ ਕਰਦੇ ਗਲਤੀਆਂ ਹੋ ਜਾਣੀਆਂ, ਸ਼ਾਇਦ ਕੋਈ ਗਲਤੀ ਹੋਏ ਜਾਣੇ। ਅਸੀਂ ਜੋ ਵੀ ਅਕਾਲੀ ਦਲ ਦੀ ਬਿਹਤਰੀ ਲਈ ਹੋਊਗਾ ਉਹ ਕਰਾਂਗੇ ਆਖਰੀ ਦਮ ਤੱਕ। ਮੈਂ ਇਹੋ ਹੀ ਆ ਬਈ, ਉਹਦੇ ਮਨ ਵਿੱਚ ਕੋਈ ਗੱਲ ਆਈ ਇਸਤੀਫਾ ਦਿੱਤਾ, ਪਰ ਮਾੜੀ ਗੱਲ। ਦੇਖੋ ਮੈਂ, ਮੇਰੀ ਨਿੱਜੀ ਰਾਏ ਆ ਕਿ ਜਿਹੜੀ ਵੀ ਕੋਈ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਆ ਉਹ ਸਾਡੀ ਕੋਈ ਸੁਹਿਰਦ ਸਰਕਾਰ ਨਹੀਂ। ਜੇ ਕਾਂਗਰਸ ਦੀਆਂ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਅਸੀਂ ਉਹਦਾ ਵੀ ਵਿਰੋਧ ਕਰਦੇ ਰਹੇ ਹਾਂ, ਜੇ ਮੌਜੂਦਾ ਸਰਕਾਰ ਵੀ ਪੰਜਾਬ ਨਾਲ ਧੱਕਾ ਕਰੇਗੀ ਅਸੀਂ ਉਹਦਾ ਵਿਰੋਧ ਕਰਾਂਗੇ। 2019 ਦੇ ਵਿੱਚ ਅਲੱਗ ਇਲੈਕਸ਼ਨ ਲੜੋਗੇ ਨਹੀਂ? ਇਹ ਮੇਰਾ ਇਕੱਲੇ ਦਾ ਫੈਸਲਾ ਨਹੀਂ, ਪਾਰਟੀ ਦਾ ਫੈਸਲਾ, ਪਾਰਟੀ ਦਾ ਫੈਸਲਾ, ਲੇਕਿਨ ਮੈਂ ਅਸੀਂ ਇਹ ਗੱਲ ਆਪਣੀ ਪਾਰਟੀ ਫੋਰਮ 'ਤੇ ਰੱਖਾਂਗੇ ਕਿ ਇਹੋ ਜਿਹੇ ਧੱਕੇ ਕਰਕੇ ਕਿਸੇ ਨਾਲ ਅਲਾਇੰਸ ਰੱਖਣ ਦਾ ਕੋਈ ਲਾਭ ਨਹੀਂ। ਵੱਡਾ ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ,
श्रोमणी अकाली दल वे टकसाली आगुआ की सेहत नासाजी का सीजन क्यों, इस सवाल से ही चर्चा करांगे। खास पैनल साडा मौजूद हैगा, उहनां दा तारुफ करा रहे हैं। विरोधी हालांकि बहुत बयानबाजी कर रहे हैं, पर असी अकाली दल तो वक् होए जिहड़े अकाली दल दे विच रहे आ उहनां नूं अज असी सद्या, उहनां नाल असी चर्चा करनी है। अमृत सिंह धारनी श्रोमणी अकाली दल तो है, धारनी साहब तुहाडा बहुत स्वागत है। कैप्टन चरण सिंह सिद्धू यूनाइटेड अकाली दल तो है, कैप्टन चरण सिंह सिद्धू तुहाडा बहुत स्वागत है। कुशलपाल सिंह मान श्रोमणी अकाली दल अमृतसर तो है, मान साहब तुहाडा बहुत स्वागत है। डॉक्टर गुरदर्शन सिंह ढिल्लों इस पूरी सियासत में देखते हैं, समझते हैं, सिख बुद्धिजीवी तौर पर साडा मौजूद रहेंगे। डॉक्टर ढिल्लों तुहाडा बहुत स्वागत है। थैंक यू। धारनी साहब तुहाडी तबीयत ठीक? बिल्कुल बिल्कुल। अकाली दल की सेहत क्यों खराब हो रही है? अकाली दल की सेहत बिल्कुल ठीक है जी। देखो एक एज होंदी है, एक एज तो बाद बहुत सारिया इंसान दियां जिहड़ियां हैगियां फिजिकली जिहड़ियां हैगियां प्रॉब्लम होनियां शुरू कर हो जांदियां जी। एज दी प्रॉब्लम देखो तारी साहब बड़ा सीधा सवाल है, तुसीं एज दी गल कीती है, मैं तो उससे सवाल कर रहा हूं। एज दी गल हैगी तां फिर एमपी दा उद्दा भी छड्ड दिंदे ना, क्यों नहीं छड्डिया उह? देखो मैं तुहानूं दस्सदा कि सरदार सुखदेव सिंह ढींड साहब पिछले टाइम दे विच तुहानूं पता है भी अमेरिका भी जाके कोई ऑपरेशन वगैरह करा के आए हैं और बहुत सारिया उन्हां दियां इस तरह दियां प्रॉब्लम हैगियां जिन्हां करके वो इन्ना टाइम नहीं दे सकते। दिल्ली दे विच रहण दा उन्हां दा भाव यही हैगा ज़्यादा खास तौर पर, या मैंबर पार्लीमेंट ना छड्डना क्योंकि मैडिकल सहूलतां उत्थे बहुत सारिया मिल जानी है। मैडिकल सहूलतां ते मैडिकल दा बजट मिलता है एमपी हुंदे आ। चलो बिल्कुल हाँ जी, पर मैं ये समझदा कि उन्होंने कोई इस तरह का कोई एलीगेशन ला के अकाली दल से कोई इस तरह की वजह दस के नहीं, उन्होंने जिहड़ा अस्तीफा दिता है वो अपनी जाति जिहड़ी हैगी है अपनी सेहत का हवाला दे के उन्होंने अस्तीफा दिता है। और नंबर टू उन्होंने बेटा है, अज भी तुसी कल भी देखा होना वो नाल हैगा तो उन्हें भी यही गल कही है कि पापा की सेहत खराब हैगी है, पर असी अकाली हाँ अकाली जमे देखो मेडिकल सहूलतां बहुत मिल जानी है। और नंबर टू हाले आपां इन्नी गल क्यों करदे आ, उन्होंने अपनी राय रखी है, ये तो पार्टी ने देखना कि उन्होंने अस्तीफा क्यों नहीं गल क्यों नहीं गल करनी चाहिए। सुदेश ढींड साहब बहुत कद्दावर आगू है, क्यों ना गल करिए? उन्हां दा अस्तीफा है जिहड़ा हाले पार्टी ने मंजूर नहीं किया, करना है या नहीं करना हाले तक तो उन्होंने नाल पार्टी दी गल ही नहीं हो रही। कैप्टन सिद्धू पार्टी नाल हिंदक गल ही नहीं हो रही, ढींड साहब इन्ने दूर हो गए, गल ही नहीं हो रही। मैनूं तां केपी जी पहलां तां मैनूं दसो, मैं तुहाडे तो पुछना चाहुंना ये टकसाली आगू कित्थों फिलोसफी है, ये टकसाली आगू का मतलब की है? टकसाली आगू का मतलब है जो कुछ हो खा के हजम कर दे वो टकसाली आगू है, या कितने टकसाल तो कितने घड़ी सच सची टकसाल कि टकसाल तो ट्रेनिंग लैके आते करके आते हैं? मैं तो सदे तुम समझ आ जाए मैं मैं ये टकसाली आगुआ पिछले 40 साल तो जानता और मैं इन्हों वॉच भी करता आ रहा, जेडे तुहाडे मजैल जिन्होंने परसों कॉन्फ्रेंस की है इन्हों भी मैं बड़ी चंगी तरह जानता। तुसी सेखवां साहब का बयान सुनी लिया ना, जे माझे वास्ते असी कुछ लै जाइए तो फिर सानू कोई किसी नूं कोई प्रॉब्लम है? माझे नूं मझेलां नूं मझां लैके दोगे बादल साहब तो एक एक मझ लै दो सारिआं नूं? तू श्रोमणी कमेटी भालदा है, तुसी सौदा कीता है, तुसी सौदेबाजियां करते जे, तुसी दलाल जे, और तुसी श्रोमणी कमेटी का सौदा करके चुप करके बह गए जे, सिर्फ यही प्रेशर वास्ते तुसी इकट्ठे हुए सी? इसे करके कॉन्फ्रेंस की थी कि गुरु सवाल साढ़े अगे तो गुरु ग्रंथ साहब का बेअदबी का सवाल है, वह बेअदबी के सवाल तो लैके ही सारा बमाल बचा हुआ। उसके टकसाली आगू जिन्हें तुसी टकसाली आगू समझते जे एक अखर नहीं बोलते, नहीं वह कहते हैं उन्होंने कहा भी गलतियां हुई हैं पार्टी तो अकाली दल कित्थे खड़ा, अकाली दल की सेहत क्यों विगड़ रही है? सवाल यह है, सवाल यह भी है अकाली टकसाली वाला जो सवाल आ रहा उस सवाल यह है कि अकाली टकसाली वाली लड़ाई का प्रधान कौन है? ब्रेक तो वापस आके सवाल पूछा। चलो
श्रोमणी अकाली दल च टकसाली आगुआं दी सेहत नासाजी दा सीजन क्यों? कुशलपाल सिंह जी, तुहाडा पार्टी दा पूरा नाम की है? श्रोमणी अकाली दल अमृतसर। यह श्रोमणी अकाली दल, असल श्रोमणी अकाली दल केड़ा? असल अकाली दल वह है जो अकाली दल के प्रिंसीपल्स से खड़ा है। श्रोमणी शब्द छड़ के तुसी, श्रोमणी किंदे कोल है? श्रोमणी भी साडे कोल है। यह बादल दल है? डॉक्यूमेंटेड क्लियर ਸ਼੍ਰੋਮਣੀ ਅਕਾਲੀ ਦਲ ਰਹੂਗਾ। ਦੇਖੋ ਜਿਹੜੀ ਪਾਰਟੀ ਹੈਗੀ ਉਹ ਸ਼੍ਰੋਮਣੀ ਅਕਾਲੀ ਦਲ ਹੈ, ਸਰਵਉੱਚ ਪਾਰਟੀ ਹੈਗੀ ਹੈ। ਬਹੁਤ ਸਾਰੇ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਬਹੁਤ ਪਾਰਟੀਆਂ ਬਣਾ ਲਈਆਂ ਆਪਣੇ ਆਪਣੇ ਨਾਂ ਦੇ ਨਾਲ। ਤੁਸੀਂ ਪਿਛਲਾ ਟਾਈਮ ਦੇਖਿਆ ਹੋਊਗਾ, ਸ਼੍ਰੋਮਣੀ ਅਕਾਲੀ ਦਲ ਮਾਨ ਵੀ ਬਣਿਆ, ਕੈਪਟਨ ਚੰਨਣ ਸਿੰਘ ਉਹਨਾਂ ਵਾਲਾ ਜਿਹੜਾ ਸੀ ਉਹ ਵੀ ਬਣਿਆ, ਯੂਨਾਈਟਿਡ ਅਕਾਲੀ ਦਲ ਵੀ ਬਣਿਆ, ਅਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਹਦੇ ਵਿੱਚ ਆ ਗਈਆਂ। ਅਤੇ ਉਹ ਜਿਹੜੇ ਨੂੰ ਬਾਦਲ ਸਾਹਿਬ ਲੀਡ ਕਰਦੇ ਤੇ ਲੋਕਾਂ ਨੇ ਇੱਕ ਰਵਾਇਤੀ ਨਾਂ ਪਕਾ ਲਿਆ ਕਿ ਸ਼੍ਰੋਮਣੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਜੋ ਰਜਿਸਟਰਡ ਹੈ ਜਿਹਦੇ ਅਗੇ ਤੱਕੜੀ ਦੇ ਨਾਲ ਨਿਸ਼ਾਨ ਮਿਲਿਆ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਬਾਦਲ, ਸਾਡਾ ਹੈਗਾ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਚ ਅੰਮ੍ਰਿਤਸਰ। ਦੇਖੋ ਅਕਾਲੀ ਦਲ 1920 ਬਣਿਆ। ਬਾਦਲ ਫੈਮਿਲੀ ਦੀ ਪ੍ਰਾਈਵੇਟ ਜਗੀਰ ਹੈ, ਪ੍ਰਾਈਵੇਟ ਕੰਪਨੀ ਹੈ। ਇਟ ਇਜ਼ ਨੋ ਮੋਰ, ਨਾਮ ਜੋ ਮਰਜ਼ੀ ਰੱਖ ਲੈਣ, ਇਟ ਇਜ਼ ਨੋ ਮੋਰ ਅਕਾਲੀ ਦਲ ਜਿਹੜਾ 1920 ਚ ਬਣਿਆ ਸੀ, ਜੋ ਸ਼ਹਾਦਤਾਂ ਨਾਲ ਬਣਿਆ ਸੀ, ਜੋ ਸਰਦਾਰ ਕਰਤਾਰ ਸਿੰਘ ਝੱਬਰ ਨਾਲ ਬਣਿਆ ਸੀ, ਉਹੋ ਜਿਹੇ ਲੋਕਾਂ ਦੀ ਜਿਹੜੀ ਲੈਵਲ ਦੀ। ਸੈਕਿੰਡਲੀ, ਇੱਕ ਅੰਗਰੇਜ਼ੀ ਦੀ ਸੇਇੰਗ ਹੈ ਦੈਟ ਦ ਮਾਈਸ ਆਰ ਦ ਫਸਟ ਟੂ ਲੀਵ ਅ ਸਿੰਕਿੰਗ ਸ਼ਿਪ। ਸੋ ਇਹ ਚੂਹੇ ਨੇ ਜਿਹੜੇ ਅੱਜ ਜਿਹਨਾਂ ਤੁਸੀਂ ਟਕਸਾਲੀ ਆਗੂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਚੂਹੇ ਨੇ। ਹੁਣ ਐਸ ਰਣਜੀਤ ਸਿੰਘ ਕੁਛ ਨਾ ਕਹੋ, ਦੇ ਆਰ ਰੋਟਨ ਪੀਪਲ ਜਿਹੜੇ। ਦੇਖੋ ਉਹਨਾਂ ਨੇ ਜਦੋਂ ਤੱਕ ਬਾਦਲ ਐਂਡ ਕੰਪਨੀ ਪਾਵਰ ਚ ਸੀ ਉਦੋਂ ਤੱਕ ਉਹਨਾਂ ਦਾ ਸਾਥ ਦਿੱਤਾ। ਜਿਹਦੇ ਨਾਲ ਲੋਕ ਤਾਂ ਇਹਨਾਂ ਨੂੰ ਜਿਤਾਉਂਦੇ ਨੇ, ਇਹਨਾਂ ਕਾਲੀ ਨੂੰ ਜਿਤਾਉਂਦੇ ਜਿਹਨਾਂ ਕਾਲੀ ਨੂੰ ਤੁਸੀਂ ਵੱਧ ਕੋਈ ਕਰੀ ਜਾਂਦੇ ਹੋ। ਇੱਕ ਮਿੰਟ, ਇਹਨਾਂ ਕਾਲੀ ਨੂੰ ਜਿਤਾ ਰਹੇ ਲੋਕ, ਇੱਕ ਮਿੰਟ, ਤੁਹਾਨੂੰ ਤਾਂ ਕੁਝ ਨਹੀਂ ਦੇ ਰਹੇ ਲੋਕ। ਨਹੀਂ ਨਹੀਂ, ਇੱਕ ਮਿੰਟ, ਲੈਟ ਮੀ ਕੰਪਲੀਟ। ਬੋਲੋ, ਜਿੱਥੋਂ ਤੱਕ ਇਲੈਕਸ਼ਨ ਪ੍ਰੋਸੈਸ ਦਾ ਕੰਸਰਨ ਹੈ ਜਾਂ ਜਿਹੜੀਆਂ ਚੀਜ਼ਾਂ ਨੇ ਅੱਜ ਜੋ ਇਸ ਸਬ ਕੰਟੀਨੈਂਟ ਦੇ ਵਿੱਚ ਜਾਂ ਇਸ ਇੰਡੀਅਨ ਪੋਲਿਟੀ ਦੇ ਵਿੱਚ ਮਨੀ ਇਜ਼ ਅ ਵੈਰੀ ਬਿਗ ਰੋਲ। ਜੋ ਬਾਦਲ ਪਰਿਵਾਰ ਨੇ ਪਿਛਲੇ 20 ਸਾਲ 'ਚ ਜੋ ਪੰਜਾਬ ਦਾ ਸੰਤਾਪ ਹੋ ਗਿਆ, ਉਹ ਇਹਨਾਂ ਨੇ ਇੰਨਾ ਜ਼ਿਆਦਾ ਇਨੋਰਮਸ ਵੈਲਥ ਇਕੱਠੀ ਕਰ ਲਈ, ਪਲੱਸ ਇਹਨਾਂ ਦਾ ਜਿਹੜਾ ਅਨਸਕਰੂਪਲਸ ਟਾਈ ਅਪ ਵਿਦ ਭਾਰਤੀ ਜਨਤਾ ਪਾਰਟੀ ਐਂਡ RSS ਹੈਗਾ, ਉਸ ਟਾਈ ਅਪ ਦੇ ਕਰਕੇ ਇਹ ਜਿੱਤ ਰਹੇ ਨੇ। ਜਿੰਨੀਆਂ ਵੀ ਬਾਕੀ ਰਵਾਇਤੀ ਅਕਾਲੀ ਨੇ ਜਿਨ੍ਹਾਂ ਨੂੰ ਇਹ ਹਾਰਡ ਲਾਈਨਰ ਕਹਿੰਦੇ ਨੇ, ਜਿਨ੍ਹਾਂ ਨੇ ਕੌਮ ਲਈ ਮਰੇ ਨੇ, ਉਹ ਦ ਪ੍ਰੋਬਲਮ ਇਜ਼ ਸਾਡੇ ਕੋਲ ਇਹਨਾਂ ਦੀ ਇੱਕ। ਮੈਂ ਤੁਹਾਨੂੰ ਦੱਸਦਾ, ਪਿਛਲੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਇਹਨਾਂ ਕੋਲ ਸਿੰਗਲ ਚੈੱਕ ਨਾਲ 75 ਲੱਖ ਦੀ ਲਿਮਿਟ ਹੈ, ਠੀਕ ਹੈ। ਇਹਨਾਂ ਦਾ ਤੁਸੀਂ ਇਲੈਕਸ਼ਨ ਕਮਿਸ਼ਨ ਦਾ ਰਿਕਾਰਡ ਕਰੋ, 74 ਲੱਖ ਇਹਨਾਂ ਨੇ ਖਰਚਿਆ। ਸਾਡੇ ਕੈਂਡੀਡੇਟ ਜੇ ਖਰਚਦਾ ਉਹਦੇ ਕੋਲ 5 ਲੱਖ ਵੀ ਨਹੀਂ ਹੁੰਦਾ ਖਰਚਣ ਨੂੰ। ਸੋ ਜਿਹੜੀ ਇਹ ਵੋਟਿੰਗ ਦਾ ਕੰਮ ਹੈ, ਇਟ ਇਜ਼ ਨੋਟ ਦੈਟ ਲੋਕ ਜਿਤਾਉਂਦੇ ਨੇ। ਅੱਜ ਕੱਲ੍ਹ ਦੀ ਬੜੀ ਤ੍ਰਾਸਦੀ ਹੈ ਇਸ ਮੁਲਕ ਦੀ, ਭਈ ਇਸ ਪੋਲਿਟੀ ਦੀ, ਐਵਰੀਥਿੰਗ ਇਜ਼ ਮਨੀ ਡਰਿਵਨ। ਚਲੋ ਠੀਕ ਹੈ, ਮੈਂ ਵਾਪਸ ਆ ਰਿਹਾ। ਡਾਕਟਰ ਜੀ, ਲੋ ਮੈਨੂੰ ਇੱਕ ਚੀਜ਼ ਸਮਝਾਓ ਤੁਸੀਂ, ਅੱਜ ਦੇ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੰਨਾ ਸ਼੍ਰੋਮਣੀ ਹੈ? ਦੇਖੋ, ਮੈਂ ਪਹਿਲਾਂ ਤੁਹਾਡੀ ਇੱਕ ਗੱਲ ਨੂੰ ਕਰੈਕਟ ਕਰਦੇ ਹਾਂ। ਬਲੀਦਾਨ ਦੀ ਤੁਸੀਂ ਗੱਲ ਕੀਤੀ ਹੈ, ਬਲੀਦਾਨ ਹਿੰਦੂ ਕਨਸੈਪਟ ਆ, ਸਾਡਾ ਸ਼ਹਾਦਤ ਦਾ, ਸ਼ਹੀਦੀ ਦਾ ਕਨਸੈਪਟ ਆ। ਬਲੀ ਹੁੰਦੀ ਆ ਕਿਸੇ ਨੂੰ ਪਕੜ ਕੇ, ਤੁਸੀਂ ਬੱਕਰੇ ਨੂੰ ਬਲੀ ਦੇ ਰਹੇ ਹੋ, ਤੁਸੀਂ ਝੋਟੇ ਦੀ ਬਲੀ ਦੇ ਰਹੇ ਹੋ, ਤੁਸੀਂ ਕਿਸੇ ਹੋਰ ਇਨਸਾਨ ਦੀ ਬਲੀ ਦੇ ਰਹੇ ਹੋ। ਸਾਡਾ ਸ਼ਹਾਦਤ ਦਾ, ਅਸੀਂ ਆਪ ਉੱਥੇ ਜਾਂਦੇ ਹਾਂ ਜਿਸ ਬੰਦੇ ਨੇ ਸ਼ਹਾਦਤ ਦੇਣੀ ਹੈ। ਸ਼ਹਾਦਤ ਹੈ ਔਨ ਦੀ ਟਰੁੱਥ ਆਫ ਆਲ ਮਾਈਟੀ ਗੋਡ, ਬਹੁਤ ਸੁਪਰੀਮ ਮਤਲਬ ਇਹ ਕਨਸੈਪਟ ਹੈਗਾ। ਉਸ ਨੂੰ ਮੈਨੂੰ ਨੀ ਪਤਾ ਕੀ ਮੰਗਦੇ, ਕੁਛ ਵੀ ਨੀ ਮੰਗਦੇ, ਉਹਨਾਂ ਦੇ ਪੱਲੇ ਕੱਖ ਨੀ ਹੈ। ਦੂਸਰੀ ਗੱਲ ਹੈ, ਸੁਣ ਲੋ ਗਾ, ਦੂਸਰੀ ਗੱਲ ਹੈ, ਅੱਜ ਜਿਹੜੀ ਇਹ ਚਰਨਿੰਗ ਹੋ ਰਹੀ ਆ ਪੰਜਾਬ ਦੀ ਪੋਲੀਟਿਕਸ ਦੇ ਵਿੱਚ,
ਔਰ ਇਸ ਦੇ ਬੜੇ ਅੱਛੇ ਨਤੀਜੇ ਨਿਕਲਣ ਦੇ ਚਾਂਸਿਸ ਆ। ਇਹਦੇ ਵਿੱਚ ਕਾਫੀ ਲੋਕ ਰੁਲ ਜਾਣਗੇ, ਕਾਫੀ ਲੋਕ ਖਤਮ ਹੋ ਜਾਣਗੇ। ਨਿਸ਼ਾਨਾ ਹੈ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਦੋਨਾਂ ਦੇ ਉੱਤੇ। ਅਮਰਿੰਦਰ ਸਿੰਘ ਵੀ ਦੋਸ਼ੀ ਆ ਔਰ ਪ੍ਰਕਾਸ਼ ਸਿੰਘ ਬਾਦਲ ਤਾਂ ਦੋਸ਼ੀ ਹੈ ਹੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਔਰ ਉਸ ਤੋਂ ਬਾਅਦ ਜਿਹੜਾ ਕਤਲੋਗਾਰਤ ਕੀਤਾ ਗਿਆ, ਕੋਟਕਪੁਰੇ ਕੀਤਾ, ਬਹਿਬਲ ਕਲਾਂ ਜਾਂ ਦੂਸਰੀ ਜਗ੍ਹਾ ਜਿਸ ਜਗ੍ਹਾ ਵੀ ਬੱਚੇ ਮਾਰੇ ਗਏ, ਉਹਨਾਂ ਦਾ ਦੋਸ਼ ਸਿੱਧੇ ਤੌਰ 'ਤੇ, ਅਸਿੱਧੇ ਤੌਰ 'ਤੇ ਨਹੀਂ, ਸਿੱਧੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ 'ਤੇ ਆ, ਕਿਉਂਕਿ ਉਹ ਬਤੌਰ ਚੀਫ ਮਿਨਿਸਟਰ ਸੀ। ਉਹ ਕਹਿੰਦੇ ਆ ਵੀ ਮੈਨੂੰ ਪਤਾ ਨਹੀਂ ਮੈਂ ਦੱਸਣ ਕਿਹਨੇ ਗੋਲੀ ਚਲਾਈ। ਹੀ ਇਜ਼ ਆਨਸਰੇਬਲ ਟੂ ਦੀ ਪੀਪਲ, ਹੀ ਇਟ ਇਜ਼ ਹਿਜ਼ ਰਿਸਪੋਂਸੀਬਿਲਿਟੀ ਦੈਟ ਹੀ ਸ਼ੁੱਡ ਗਿਵ ਆਨਸਰ ਟੂ ਦਿਸ ਵੈਰੀ ਇੰਪੋਰਟੈਂਟ। ਬੇਅਦਬੀ ਇੱਕ ਜਿਸ ਤਰ੍ਹਾਂ ਕੁੱਕਰ ਹੁੰਦਾ ਨਾ ਜਦੋਂ ਪਾੜਦਾ, ਉਹ ਬੜਾ ਬੰਬ ਬਣ ਜਾਂਦਾ, ਬੰਬ ਬਲਾਸਟ। ਉਹ ਇੱਕ ਮਤਲਬ ਕੁੱਕਰ ਦਾ ਜਿਹੜਾ ਲਿਡ ਸੀ ਨਾ, ਉਹ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਦਾ, ਅਤੇ ਆਹ ਜਿਹੜਾ ਕਤਲੋਗਾਰਤ ਕੀਤਾ ਗਿਆ ਉਹ ਕਾਰਨ। ਇਸ ਤੋਂ ਪਹਿਲਾਂ ਵੀ ਇਸ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਕਿਸਮ ਦੇ ਨਾਲ ਡਿਸਗ੍ਰੇਸਫੁਲੀ ਇਹ ਹਾਰੇ ਆ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ, ਜਿਹੜੀ ਅਮਰਿੰਦਰ ਦੀ ਪਾਰਟੀ ਜਿੱਤੀ ਆ, ਆਮ ਪਾਰਟੀ ਜਿੱਤੀ, ਉਹ ਕਿਸ ਵੋਟ 'ਤੇ ਜਿੱਤੀ? ਐਂਟੀ ਪ੍ਰਕਾਸ਼ ਸਿੰਘ ਬਾਦਲ ਵੋਟ ਆ। ਇਟਸ ਨੋਟ ਏ ਪੋਜ਼ਿਟਿਵ ਵੋਟ ਫੋਰ ਅਮਰਿੰਦਰ ਸਿੰਘ, ਇਟਸ ਨੋਟ ਏ ਪੋਜ਼ਿਟਿਵ ਵੋਟ ਫੋਰ ਆਮ ਪਾਰਟੀ, ਇਟ ਇਜ਼ ਏ ਨੈਗੇਟਿਵ ਵੋਟ ਅਗੇਂਸਟ ਪ੍ਰਕਾਸ਼ ਸਿੰਘ ਬਾਦਲ ਐਂਡ ਹਿਸ ਪਾਰਟੀ। ਮੈਂ ਤੁਹਾਨੂੰ ਇਤਵਾਕ ਰੱਖ ਲਓ, ਡਟ ਲਓ, ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੁਸੀਂ। ਸ਼੍ਰੋਮਣੀ ਅਕਾਲੀ ਦਲ ਜਿੰਨੇ ਵੀ ਹੈਗੇ ਆ, ਉਹਦੇ ਵਿੱਚੋਂ ਸ਼੍ਰੋਮਣੀ ਕਿਹੜਾ? ਸ਼੍ਰੋਮਣੀ ਇਹਨਾਂ ਦੇ ਵਿੱਚ ਕੋਈ ਨਹੀਂ, ਮਾਫ਼ ਕਰਨਾ। ਸ਼੍ਰੋਮਣੀ ਲੋਕਾਂ ਨੇ ਫੈਸਲਾ ਕਰਨਾ ਕੌਣ ਸ਼੍ਰੋਮਣੀ ਹੈ, ਲੋਕਾਂ ਨੇ ਇਸ ਗੱਲ ਨੂੰ ਤੈਅ ਕਰਨਾ ਕਿਹੜਾ ਲੋਕਾਂ ਦੇ ਹਿੱਤਾਂ ਦੇ ਵਿੱਚ ਜਾ ਕੇ ਖੜਦਾ। ਅੱਜ ਇਸ ਕਿਸਮ ਦੀ ਪੋਲੀਟਿਕਸ ਪੰਜਾਬ ਦੀ ਗੰਧਲੀ ਹੋ ਚੁੱਕੀ ਆ, ਜਿਸ ਦੇ ਵਿੱਚ ਅੰਧੇਰਾ ਹੀ ਅੰਧੇਰਾ ਨਜ਼ਰ ਆ ਰਿਹਾ, ਕੋਈ ਮਤਲਬ ਸ਼ਾਈਨਿੰਗ ਕੋਈ ਕਿਸੇ ਕਿਸਮ ਦੀ ਕੋਈ ਨਜ਼ਰ ਹੀ ਨਹੀਂ ਆ ਰਹੀ ਕਿਸੇ ਪਾਸਿਓਂ ਚਾਨਣ ਦੀ ਉਮੀਦ ਹੋਵੇ। ਪ੍ਰਕਾਸ਼ ਸਿੰਘ ਬਾਦਲ ਨੇ ਇਤਨਾ ਗੰਦ ਘੋਲ ਦਿੱਤਾ, ਮਾਫ਼ ਕਰਨਾ ਮੈਂ ਇਹ ਲਫ਼ਜ਼ ਯੂਜ਼ ਕਰ ਰਿਹਾ, ਪੰਜਾਬ ਦੀ ਸਿਆਸਤ ਦੇ ਵਿੱਚ, ਕਿ ਇਸ ਨੂੰ ਸਾਫ਼ ਕਰਨ ਦੇ ਲਈ ਕਾਫ਼ੀ ਹਿੰਮਤ ਕਰਨੀ ਪਏਗੀ, ਕਾਫ਼ੀ ਇੰਟਲੈਕਟ ਲਾਉਣਾ ਪਏਗਾ, ਕਾਫ਼ੀ ਉਹਦੇ 'ਤੇ ਟਾਈਮ ਲੱਗੇਗਾ ਕਿ ਉਹ ਨਿੱਤਰ ਕੇ, ਉਹਦੀ ਚਰਨਿੰਗ ਹੋ ਕੇ ਉਹਨੂੰ ਰਿੜਕ ਕੇ ਉਸ ਦੇ ਵਿੱਚੋਂ ਮੱਖਣ ਕੱਢਿਆ ਜਾ ਸਕੇ। ਤੋ ਇਸ ਗੱਲ ਦੇ ਉੱਤੇ ਜਿਹੜੀ ਇਹ ਵੀ ਗੱਲਾਂ ਕਰ ਰਹੇ ਹਨ ਵੀ ਸੋ ਕਾਲਡ ਟਕਸਾਲੀ, ਜਿਹਨਾਂ ਨੂੰ ਤੁਸੀਂ ਕਹਿੰਦੇ, ਕਾਹਦੇ ਟਕਸਾਲੀ ਆ ਇਹ? ਝੂਠ ਬੋਲ ਰਹੇ ਆ। ਬਿਮਾਰੀ ਦਾ ਟਕਸਾਲੀ ਹੁੰਦੇ ਕੀ ਹੈ? ਤੁਸੀਂ ਇੱਕ ਤਾਂ ਕਹਿੰਦਾ ਬਲਦਾਨ ਵਾਲੀ ਨਹੀਂ, ਸ਼ਹਾਦਤਾਂ ਵਾਲੀ ਪਾਰਟੀ। ਚਲੋ ਮੈਂ ਐਡਮਿਟ ਕਰਦਾ ਉਸ ਗੱਲ ਨੂੰ, ਮੈਂ ਦੱਸਦਾ ਟਕਸਾਲੀ ਕੌਣ ਹੁੰਦੇ? ਟਕਸਾਲੀ ਉਹ ਹੁੰਦਾ ਜੋ ਗੁਰੂ ਦੇ ਨਾਂ ਦੇ ਉੱਤੇ ਸ਼ਹਾਦਤ ਦੇਣ ਲਈ ਤਿਆਰ ਹੁੰਦਾ। ਦਿੱਤੀਆਂ ਅਕਾਲੀ ਦਲ ਦੇ ਵਿੱਚ 300 ਸ਼ਹਾਦਤਾਂ ਦਿੱਤੀਆਂ ਗਈਆਂ ਗੁਰਦੁਆਰਿਆਂ ਨੂੰ ਆਜ਼ਾਦ ਕਰਨ ਦੇ ਲਈ, 30,000 ਬੰਦਿਆਂ ਦੀਆਂ ਪੈਨਸ਼ਨਾਂ, ਜਾਇਦਾਦਾਂ ਫੋਰਫਿਟ ਹੋਈਆਂ, ਨੌਕਰੀਆਂ ਫੋਰਫਿਟ ਹੋਈਆਂ, ਤਾਂ ਜਾ ਕੇ ਗੁਰਦੁਆਰੇ ਆਜ਼ਾਦ ਹੋਇਆ ਸ਼ਹਾਦਤਾਂ ਦੀ ਬਿਨਾ ਦੇ ਉੱਤੇ ਹੀ। ਹੁਣ ਦੇ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਅਕਾਲੀ ਦਲ, ਉਹਨਾਂ ਵਿੱਚ ਟਕਸਾਲੀ ਹੈ? ਉਹਨਾਂ ਦੇ ਵਿੱਚ ਅਕਾਲੀਆਂ ਨੇ ਨਹੀਂ ਦਿੱਤੀਆਂ, ਆਮ ਸਿੱਖਾਂ ਨੇ ਸ਼ਹਾਦਤਾਂ ਜ਼ਰੂਰ ਦਿੱਤੀਆਂ। ਹੁਣ ਟਕਸਾਲੀ ਹੈ ਕੋਈ ਕਿ ਨਹੀਂ? ਇਹ ਤਾਂ ਟਕਸਾਲੀ ਕਾਹਦੇ ਆ? ਇਹ ਤਾਂ ਸੁਮੇਰ ਸਿੰਘ ਸੈਣੀ ਨੂੰ ਹਲੇ ਤਾਂ ਸਹੁੰ ਵੀ ਨਹੀਂ ਸਿਖਾਦੀ। ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਰ ਸਿੰਘ ਸੈਣੀ ਨੂੰ ਕਹਿਣ ਲੱਗਿਆ ਸੁਖਬੀਰ ਸਿੰਘ ਬਾਦਲ ਵੀ ਜਾ ਕੇ DGP ਦਾ ਅਹੁਦਾ ਸੰਭਾਲ ਲਾ। ਸੁਮੇਰ ਸਿੰਘ ਸੈਣੀ ਕੌਣ ਆ? ਇਸੇ ਤਰੀਕੇ ਨਾਲ ਉਹ ਆਲਮ ਜਿਹੜਾ ਹੈਗਾ, ਉਸ ਨੂੰ ਕਿਹਾ ਲੈ ਵੀ ਤੈਨੂੰ ਅਸੀਂ ਫਲਾਨੀ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਉਣ, ਆਲਮ ਸੈਨਾ ਬਣਾਉਣ ਵਾਲਾ ਕੌਣ ਆ? ਕਿੰਨਾ ਬੰਦਿਆਂ ਨੇ ਸਿੱਖ ਬੱਚਿਆਂ ਨੂੰ ਨਿਰਦੋਸ਼ ਐਕਸਟਰਾ ਕੰਸਟੀਟਿਊਸ਼ਨਲ ਕਿਲਿੰਗਸ ਕੀਤੀਆਂ, ਉਹਨਾਂ ਬੰਦਿਆਂ ਨੂੰ ਤੁਸੀਂ ਪੈਟਰਨਾਈਜ਼ ਕੀਤਾ, ਤਾਂ ਤੁਸੀਂ ਕਿਸ ਕਿਸਮ ਦੇ ਅਕਾਲੀ ਦਲ ਹੋ? ਮੈਂ ਤਾਂ ਕਹਿੰਦਾ ਅਕਾਲੀ ਦਲ ਦਾ ਬਹੁਤ ਵੱਡੀ ਗੱਲ ਆ, ਬਹੁਤ ਵੱਡਾ ਨਾਂ ਆ, ਬੜਾ ਸੱਚਾ ਨਾਂ ਆ, ਬੜਾ ਪਵਿੱਤਰ ਨਾਂ ਆ। ਤੁਸੀਂ ਤਾਂ ਪੰਜਾਬ ਦੇ ਹੀ ਬੰਦੇ ਨਹੀਂ ਲੱਗਦੇ, ਤੁਸੀਂ ਤਾਂ ਪੰਜਾਬ ਦੇ ਦੁਸ਼ਮਣ ਹੋ। ਜਿਨ੍ਹਾਂ ਨੇ ਹੁਣ ਅੱਗੇ ਆ ਜਾਓ ਅਮਰਿੰਦਰ ਸਿੰਘ ਦੀ ਕਾਰਵਾਈ। KPS ਗਿੱਲ ਜਿਹੜਾ ਗੁਨਾਹਗਾਰ ਆ, ਹਜ਼ਾਰਾਂ ਸਿੱਖ ਬੱਚਿਆਂ ਨੂੰ ਮਾਰਨ ਵਾਲਾ, ਸਿੱਖਾਂ ਦੀਆਂ ਲਾਸ਼ਾਂ ਤੇ ਸ਼ਰਾਬ ਪੀ ਕੇ ਭੰਗੜੇ ਪਾਉਣ ਵਾਲਾ, ਔਰ ਸਿੱਖ ਤੁਸੀਂ ਅਕਾਲੀ ਦਲ ਦੀ ਡਿਬੇਟ 'ਚ ਕਾਂਗਰਸ ਨੂੰ? ਮੈਂ ਸਾਰਿਆਂ ਨੂੰ ਲਪੇਟ ਰਿਹਾ, ਸਾਰੇ ਹੀ ਲਪੇਟ ਰਿਹਾ। ਮੈਂ ਤਾਂ ਅਕਾਲੀ ਦਲ ਦੀ ਗੱਲ ਕਰ ਰਿਹਾ। ਅਕਾਲੀ ਦਲ ਤਾਂ ਭ੍ਰਿਸ਼ਟ ਹੋ ਹੀ ਚੁੱਕਿਆ, ਅਕਾਲੀ ਦਲ ਦਾ ਭੋਗ ਪੈਣ ਵਾਲਾ, ਬਾਕੀ ਇਹਨਾਂ ਦੀ ਕਰਮਿਸ਼ਨ ਹੋ ਚੁੱਕੀ। ਮਾਫ਼ ਕਰ, ਮੈਂ ਕਹਿ ਰਿਹਾ ਅੱਜ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਪਹਾੜਿਆਂ ਦੇ ਟੱਟੂਆਂ ਤੇ ਰੈਲੀ ਕਰਕੇ ਲੋਕਾਂ ਦਾ ਟਾਈਮ ਵੇਸਟ ਕਰ ਰਿਹਾ, ਲੋਕਾਂ ਦੀ ਐਨਰਜੀ ਵੇਸਟ ਕਰ ਰਿਹਾ, ਲੋਕਾਂ ਦਾ ਪੈਸਾ ਵੇਸਟ ਕਰ ਰਿਹਾ। ਉਸੇ ਪ੍ਰੋਸੈਸ ਦੇ ਵਿੱਚ ਅਮਰਿੰਦਰ ਨੂੰ ਪਾਇਆ ਹੋਇਆ, ਅਮਰਿੰਦਰ ਵੀ ਰਹੇ,
ਪਰ ਗਵਰਨਮੈਂਟ ਰੈਲੀਆਂ ਥੋੜ੍ਹਾ ਕਰਦੀ ਹੈ, ਗਵਰਨਮੈਂਟ ਦਾ ਡਿਸੀਜਨ ਲੈਂਦੀ ਹੈ। ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਅਕਾਲੀ ਦਲ ਦੀ ਸਿਹਤ ਕਿਉਂ ਵਿਗੜੀ ਹੈ ਕੀ ਹੈ, ਸਵਾਲ ਬਹੁਤ ਮਹੱਤਵਪੂਰਨ ਹੈ ਕੀ ਹੈ, ਪਰ ਇਹ ਕਹਿ ਰਿਹਾ ਕਿ ਅਕਾਲੀ ਦਲ ਨੂੰ ਜਿਹੜੇ ਹੁਣ ਝਟਕੇ ਲੱਗਦੇ ਪਏ, ਅਕਾਲੀ ਦਲ ਆ ਜਿਹੜਾ ਉਹ ਹੇਠਾਂ ਵੱਲ ਨੂੰ ਜਾ ਰਿਹਾ, ਅਕਾਲੀ ਦਲ ਉੱਤੇ ਨਹੀਂ ਜਾ ਸਕਦਾ। ਪਰ ਬ੍ਰੇਕ ਤੋਂ ਬਾਅਦ ਆ ਕੇ ਵਾਪਸ ਇਹ ਸਵਾਲ ਜ਼ਰੂਰ ਪੁੱਛਾਂਗੇ ਅਕਾਲੀ ਦਲ ਦੇ ਨੁਮਾਇੰਦੇ ਨੂੰ ਕਿ ਅਕਾਲੀ ਦਲ ਮੰਥਨ ਕਰ ਰਿਹਾ, ਜੇ ਮੰਥਨ ਕਰ ਰਿਹਾ ਤਾਂ ਕਿਹੜੇ ਕਿਹੜੇ ਬਿੰਦੂਆਂ 'ਤੇ ਉਹ ਮੰਥਨ ਕਰ ਰਿਹਾ ਅਤੇ ਕਿਉਂ ਉਹ ਮੰਥਨ ਕਰਨ ਦੀ ਸਥਿਤੀ ਵਿੱਚ ਹੈ ਜਾਂ ਨਹੀਂ ਹੈ, ਜਾਂ ਇਹ ਮਸਲਾ ਕੋਈ ਹੋਰ ਉਲਝਦਾ ਹੋਇਆ ਦਿਖਾਈ ਦੇ ਰਿਹਾ, ਕਿਉਂਕਿ ਅਕਾਲੀ ਅਤੇ ਟਕਸਾਲੀ ਦੀ ਲੜਾਈ ਬਣਾਈ ਜਾ ਰਹੀ ਹੈ ਅਤੇ ਉਹਦਾ ਪ੍ਰਧਾਨ ਤਾਂ ਕੋਈ ਨਾ ਕੋਈ ਹੈਗਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਵਿੱਚ ਟਕਸਾਲੀ ਆਗੂਆਂ ਦੀ ਸਿਹਤ ਨਾਸਾਜ਼ੀ ਦਾ ਸੀਜ਼ਨ ਕਿਉਂ? ਅਮਰਜੀਤ ਧਾਰਨੀ ਸਾਹਿਬ, ਅਕਾਲੀ ਦਲ ਕੋਈ ਮੰਥਨ ਤਾਂ ਕਰ ਰਿਹਾ, ਕੋਈ ਅਕਾਲੀ ਦਲ ਨੂੰ ਸੋਚਣਾ ਤਾਂ ਪਵੇਗਾ। ਜਿਹੜੇ ਪੜਾਅ 'ਤੇ ਆ ਕੇ ਹੁਣ ਅਕਾਲੀ ਦਲ ਖੜਾ ਹੈਗਾ, ਤੁਸੀਂ ਇੰਨੀਆਂ ਸੀਟਾਂ ਹਾਰ ਕੇ, ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਨੁਕਸਾਨ ਹੋਇਆ, ਲੋਕ ਸਭਾ ਚੋਣਾਂ ਅੱਗੇ ਖੜੀਆਂ ਹੈਗੀਆਂ, ਅਕਾਲੀ ਦਲ ਮੰਥਨ ਕਰ ਰਿਹਾ ਜਾਂ ਅਕਾਲੀ ਦਲ ਸਿਰਫ ਇਸ ਕੋਸ਼ਿਸ਼ ਵਿੱਚ ਲੱਗਿਆ ਕਿ ਰੁੱਸਿਆਂ ਨੂੰ ਮਨਾ ਲਈਏ, ਮੰਥਨ ਦੀ ਜ਼ਰੂਰਤ ਨਹੀਂ ਹੈਗੀ? ਨਹੀਂ, ਦੇਖੋ ਗੱਲ ਇਹ ਹੈ, ਅਕਾਲੀ ਦਲ ਮੰਥਨ ਕਰਨ ਵਾਲੀ ਜਿਹੜੀ ਗੱਲ ਹੈਗੀ ਆ, ਮੰਥਨ ਹਮੇਸ਼ਾ ਹੁੰਦਾ ਰਹਿੰਦਾ। ਬਹੁਤ ਵਾਰ ਜਿਹੜੀਆਂ ਕੋਰ ਕਮੇਟੀਜ਼ ਦੀਆਂ ਮੀਟਿੰਗ ਹੁੰਦੀਆਂ, ਉਹਨਾਂ ਦੇ ਵਿੱਚ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਸਾਹਮਣੇ ਆਉਂਦੀਆਂ, ਉਹਨਾਂ ਦੇ ਉੱਤੇ ਜ਼ਰੂਰ ਸਾਰੇ ਜਿਹੜੇ ਜਿਨ੍ਹਾਂ ਨੂੰ ਇਹ ਅਕਾਲੀ ਟਕਸਾਲੀ ਅਕਾਲੀ ਮੰਨਦੇ ਨਹੀਂ, ਲੋਕ ਕਹਿੰਦੇ ਆ ਕਿ ਇਹ ਟਕਸਾਲੀ ਅਕਾਲੀ ਆ, ਜਿਹੜੇ ਤੁਹਾਡੇ ਅਖਬਾਰ ਮੀਡੀਆ ਸਾਰਾ ਕਹਿ ਰਿਹਾ, ਉਹਨਾਂ ਦੀ ਬਕਾਇਦਾ ਰਾਏ ਲਈ ਜਾਂਦੀ ਆ, ਉਹਨਾਂ ਤੋਂ ਪੁੱਛਿਆ ਜਾਂਦਾ, ਪੁੱਛਣ ਤੋਂ ਬਾਅਦ ਜਿਹੜਾ ਹੈਗਾ ਠੀਕ ਹੈ। ਕੁਛ ਗਲਤੀਆਂ ਤਾਂ ਦੇਖੋ ਐਡੀ ਵੱਡੀ ਜਦੋਂ, ਤੁਹਾਨੂੰ ਕਿੰਨੇ ਸਾਲ ਹੋ ਗਏ ਅਕਾਲੀ ਦਲ ਦੇ ਵਿੱਚ? ਮੈਨੂੰ ਬਚਪਨ ਤੋਂ ਹੀ ਲਾ ਲਓ, ਬਚਪਨ ਤੋਂ ਲਾ ਲਓ, ਲੌਂਗੋਵਾਲ ਸਾਹਿਬ ਦਾ ਦੌਰ, ਟੋੜਾ ਸਾਹਿਬ ਦਾ ਦੌਰ, ਬਿਲਕੁਲ ਮਿਸਟਰ ਬਾਲ ਦਾ ਦੌਰ, ਕਿਹੜਾ ਦੌਰ ਤੁਹਾਨੂੰ ਜ਼ਿਆਦਾ ਪਸੰਦ ਹੈ? ਮੈਂ ਨਿੱਜੀ ਰਾਏ ਪੁੱਛ ਰਿਹਾ। ਦੇਖੋ ਨਿੱਜੀ ਦੌਰ, ਦੇਖੋ ਮੈਂ ਕਿਸੇ ਨੂੰ ਅਲੱਗ ਅਲੱਗ ਕਰਕੇ ਨਹੀਂ ਦੇਖਣਾ ਚਾਹੁੰਦਾ, ਪਤਾ ਤਾਂ ਲੱਗਦਾ ਹੋਊਗਾ ਵੀ ਕਿਹੜਾ ਅਕਾਲੀ ਦਲ ਹੈ ਜਿਹੜਾ। ਦੇਖੋ ਅਕਾਲੀ ਦਲ ਹਮੇਸ਼ਾ ਹੀ ਠੀਕ ਰਿਹਾ, ਜਦੋਂ ਵੀ ਅਕਾਲੀ ਦਲ ਦੇ ਵਿੱਚ ਕਦੇ ਕੋਈ ਗਲਤੀ ਹੋਈ, ਕਿਸੇ ਨੇ ਗਲਤੀ ਕੀਤੀ, ਉਸ ਟਾਈਮ ਤੇ ਬਾਈਫਰਕੇਸ਼ਨ ਵੀ ਹੋਈ, ਅਕਾਲੀ ਦਲ ਹਮੇਸ਼ਾ ਅਕਾਲੀ ਦਲ ਹੀ ਰਿਹਾ, ਉਹਦੇ ਚੋਂ ਚਾਹੇ ਕਦੇ ਅਕਾਲੀ ਦਲ ਬਰਨਾਲਾ ਬਣ ਗਿਆ, ਨਹੀਂ ਨਹੀਂ ਐਸੀ ਕੋਈ ਗੱਲ ਨਹੀਂ, ਅਕਾਲੀ ਦਲ ਕਦੇ ਬਰਨਾਲਾ ਬਣ ਗਿਆ, ਕਦੇ ਅਕਾਲੀ ਦਲ ਲੌਂਗੋਵਾਲ ਬਣ ਗਿਆ, ਕਦੇ ਅਕਾਲੀ ਦਲ ਯੂਨਾਈਟਿਡ ਬਣ ਗਿਆ, ਕਦੇ ਅਕਾਲੀ ਦਲ ਮਾਨ ਬਣ ਗਿਆ, ਪਰ ਜਿਹੜਾ ਅਕਾਲੀ ਦਲ ਤਕੜੀ ਵਾਲਾ ਅਕਾਲੀ ਦਲ ਸੀ ਉਹ ਉੱਥੇ ਦਾ ਉੱਥੇ ਹੀ ਖੜਾ, ਔਰ ਉਸ ਦਾ ਅੱਜ ਵੀ ਤੁਸੀਂ ਲੋਕਾਂ ਦੇ ਵਿੱਚ ਦੇਖ ਰਹੇ ਹੋ ਤਕੜਾ ਹੈ ਜਾਂ ਨਹੀਂ, ਬਿਲਕੁਲ ਤਕੜਾ ਜੀ। ਕੈਪਟਨ ਜਨਰਲ ਸਿੱਧੂ, ਮੈਂ ਥੋੜਾ ਜਿਹਾ ਮੈਂ ਕੈਪਟਨ ਸਾਹਿਬ ਦੀਆਂ ਗੱਲਾਂ ਦਾ, ਦੇਖੋ ਐਲੀਗੇਸ਼ਨ ਲਾਉਣਾ ਬਹੁਤ ਸੌਖੀ ਗੱਲ ਹੈਗੀ ਹੈ, ਜਿਵੇਂ ਇਹਨਾਂ ਨੇ ਕਹਿਤਾ ਕਿ ਜੀ ਉਹ ਸਿੱਖਾਂ ਦੇ ਨਾਲ ਸੌਦੇ ਹੋਏ ਆ, ਫਲਾਣਾ ਹੋਇਆ, ਮੀਡੀਆ ਦੇ ਵਿੱਚ ਬਹੁਤ ਕੁਛ ਉੱਠਦਾ ਰਿਹਾ, ਬਹੁਤ ਸਾਰੇ ਐਲੀਗੇਸ਼ਨ। ਮੈਂ ਕਹਿੰਦਾ ਇੱਕ ਮਿੰਟ ਜੀ, ਉਦੋਂ ਕੈਪਟਨ ਸਾਹਿਬ ਤੇ ਵੀ ਐਲੀਗੇਸ਼ਨ ਲੱਗਦੇ ਰਹੇ ਆ, ਉਹਨਾਂ ਨੇ ਸਾਫ ਸਾਫ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜੇ ਮਾਝੇ ਨੂੰ ਕੁਝ ਮਿਲਦਾ ਤੇ ਮੈਂ ਲੈ ਦੋ, ਬਿਲਕੁਲ ਹਰ ਬੰਦਾ ਚਾਹੁੰਦਾ ਜੀ। ਦੇਖੋ ਪਾਰਟੀਆਂ ਦੇ ਵਿੱਚ ਐਲੀਗੇਸ਼ਨ ਵੀ ਐਲੀਗੇਸ਼ਨ ਹੈ, ਜਦੋਂ ਕੈਪਟਨ ਸਾਹਿਬ ਨਾਲ ਗੱਲ ਇਹ ਹੋਈ ਕਿ ਕੈਪਟਨ ਸਾਹਿਬ ਦੇ ਘਰ ਬੈਠ ਕੇ ਮੀਟਿੰਗਾਂ ਹੋਈਆਂ ਦਾਦੋਵਾਲ ਦੀਆਂ, ਮੰਡ ਸਾਹਿਬ ਦੀਆਂ ਤੇ ਇਹਨਾਂ ਦੀਆਂ ਅਮਰਿੰਦਰ ਸਿੰਘ ਉਹਨਾਂ ਦੀਆਂ, ਇਹ ਵੀ ਐਲੀਗੇਸ਼ਨ ਸੀ, ਇਹ ਵੀ ਐਲੀਗੇਸ਼ਨ। ਅੱਛਾ, ਐਲੀਗੇਸ਼ਨ ਨਹੀਂ ਸਰ, ਬਿਲਕੁਲ। ਕੈਪਟਨ ਜਨਰਲ ਸਿੱਧੂ, ਤੁਸੀਂ ਸਾਰੇ ਇਲਜ਼ਾਮ ਤਾਂ ਇਹਨਾਂ ਤੇ ਲਾਈ ਜਾਂਦੇ ਹੋ ਅਕਾਲੀ ਦਲ ਤੇ, ਆਪਣੇ ਇਲਜ਼ਾਮ ਵੀ ਧੋਣ, ਠੀਕ ਹੈ, ਇਹਨਾਂ ਤੇ ਇਲਜ਼ਾਮ ਲਾਉਣੇ ਤਾਂ ਤੁਹਾਨੂੰ ਬੜੇ ਸੌਖੇ ਲੱਗਦੇ, ਤੁਸੀਂ ਵਿਰੋਧ ਵਿੱਚ ਬੈਠੇ ਹੋ, ਇਹ ਹੁਣ ਕਰਨ ਕੀ ਠੀਕ ਕਰਨ, ਕੌਣ ਕੀ, ਕਿਉਂਕਿ ਤੁਸੀਂ ਤਾਂ ਕੁਛ ਕਰ ਨਹੀਂ ਪਾ ਰਹੇ, ਕੌਣ ਕੀ ਕਰਨ, ਅਕਾਲੀ ਦਲ ਵਾਲੇ ਕੀ ਕਰਨ ਜਿਹਨਾਂ ਨੂੰ ਤੁਸੀਂ ਸਲਾਹਾਂ ਦੇਈ ਜਾਂਦੇ ਹੋ, ਜਿਹਨਾਂ ਨੂੰ ਤੁਸੀਂ ਗਏ ਨੇ ਸੌਦੇ ਕਰਦੇ ਪਏ, ਇਹਨਾਂ ਨੇ ਆਪਦਾ ਘਰ ਤਾਂ ਸਾਂਭਣਾ ਹੀ ਹੈ। ਮੈਂ ਤਾਂ ਉਹਨਾਂ ਨੂੰ ਸੌਦੇ ਕਰਦੇ ਪਏ, ਹਾਂ 100% ਸੌਦਾ ਹੋਇਆ। ਮੈਨੂੰ ਇਹ ਦੱਸੋ ਕਿ ਪਿਛਲੇ 10 ਸਾਲਾਂ ਤੋਂ ਇਹ ਸੇਖਵਾਂ 5 ਦਫ਼ਾ ਟਰਾਈ ਕਰਦਾ ਰਿਹਾ ਪ੍ਰਧਾਨ ਬਣਨ ਵਾਸਤੇ, ਔਰ ਫਿਰ ਅੰਤ 'ਤੇ ਇਹਨੇ ਕਿਹਾ ਕਿ ਜਦ ਤੱਕ ਇਹ ਲੰਬੂ ਹੈ, ਇਹ ਮੇਰੀ ਦਾਲ ਨਹੀਂ ਗਲਦੀ ਜਦ ਤੱਕ ਇਹ ਲੰਬੂ ਇੱਥੇ, ਮੈਂ ਪ੍ਰਧਾਨ ਨਹੀਂ ਬਣ ਸਕਦਾ। ਅੱਜ ਕਿਵੇਂ, ਕਿਹਨੂੰ ਕਹਿ ਰਹੇ ਤੁਸੀਂ? ਮਜੀਠੀਏ ਨੂੰ। ਅੱਛਾ, ਇਹਨੇ ਖੁਦ ਆਪਣੇ ਮੂੰਹ ਚੁੱਕਿਆ। ਔਰ ਹੁਣ ਦੇਖੋ ਤੁਸੀਂ ਇਹਨਾਂ ਨੇ ਇਹ ਕਾਹਦੇ ਵਾਸਤੇ ਮੀਟਿੰਗ ਕੀਤੀ, ਪ੍ਰੈਸ ਕਾਨਫਰੰਸ ਕਿਉਂ ਬੁਲਾਈ, ਦੱਸੋ ਕੀ ਨਿਕਲਿਆ ਜੀ ਉੱਥੋਂ? ਪ੍ਰੈਸ ਕਾਨਫਰੰਸ ਬੁਲਾ ਕੇ ਕਹਿਣਾ ਚਾਹ ਰਹੇ ਹੋ ਕਿ ਮਾਝੇ ਤੇ ਮਾਲਵੇ ਲੜਾਈ ਬਣਾਈ ਜਾ ਰਹੀ ਹੈ? ਨੋ,
नो माझे दे मालवे दी माझे आले तो दाल गया माझे आले चाहुंदे भी मैं कह दा ना जे माझे नु कुछ मिल जे भी जे तुहानू मिल जे ते तुसी माझे नु मिल गया कुछ तुहानू पर्सनली मिल जे भई ते माझे नु मिल गया माझे नु दोना ते दुआ सारे जट माझे आले नु एक एक माझे दुआ बादल साहब तो फिर ता माझे नु मिले ये ता सौदेबाजी हो रही है कोई ये टकसाली नहीं कोई ये गाली नहीं इन्हां दा खात्मा हो चुका है गुरु ग्रंथ साहब दे उत्ते देखो एक कोई अखर बोले कल परसों एक अखर नहीं बोले बेअदबी बारे ਇਹਨਾਂ ਨੂੰ ਗੁਰੂ ਸਾਹਿਬ ਨੇ ਲੈ ਕੇ ਬਹਿ ਜਾਣਾ ਔਰ ਇਹ ਬੈਠੇ ਨੇ ਅਤੇ ਨਾਲ ਅਮਰਿੰਦਰ ਸਿੰਘ ਨੂੰ ਘੇਰ ਲਿਆ ਇਹਨਾਂ ਨੇ ਕਿਉਂਕਿ ਉਹ ਵੀ ਇਹਨਾਂ ਦੀ ਚਾਲ 'ਤੇ ਆ ਗਿਆ ਔਰ ਉਹ ਵੀ ਉਹੀ ਕੰਮ ਕਰ ਰਿਹਾ ਦੇਖੋ ਇੱਕ ਲੰਬੀ ਰੈਲੀ ਮੈਂ ਉੱਥੇ ਤੁਹਾਡੇ ਘਰ 'ਚ ਕਰੂੰਗਾ ਉਹ ਕਹਿੰਦੇ ਅਸੀਂ ਤੁਹਾਡੇ ਘਰ 'ਚ ਕਰਾਂਗੇ ਇਟਸ ਅ ਫਿਕਸ ਮੈਚ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਸਰਕਾਰ ਨਹੀਂ ਹੈ ਉਹ ਬੀਜੇਪੀ ਦੀ ਸਰਕਾਰ ਹੈ ਔਰ ਬੀਜੇਪੀ ਤੋਂ ਡਾਇਰੈਕਸ਼ਨਾਂ ਨੇ ਉਹਨੂੰ ਕਿ ਬਾਦਲਾਂ ਨੂੰ ਉੱਪਰ ਚੁੱਕਣਾ ਮੈਂ ਇਹੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਕਹਿੰਦੇ ਫਿਕਸ ਮੈਚ ਖੇਡਦੇ ਪਏ ਅਕਾਲੀ ਫਿਕਸ ਮੈਚ ਖੇਡਦੇ ਹੋਣਗੇ ਕੋਈ ਤਾਂ ਅਕਾਲੀ ਦਲ ਹੋਊਗਾ ਜਿਹੜਾ ਫਿਕਸ ਮੈਚ ਖੇਡਦਾ ਹੋਊਗਾ ਨਹੀਂ ਸਮਝਿਆ ਨਹੀਂ ਕਿਹੜੇ ਅਕਾਲੀ ਦਲ ਫਿਕਸ ਮੈਚ ਖੇਡ ਕਿੰਨੇ ਅਕਾਲੀ ਦਲ ਹੈ ਕੋਈ ਤਾਂ ਫਿਕਸ ਮੈਚ ਖੇਡਦਾ ਹੋਊਗਾ ਬਾਦਲ ਤੇ ਅਮਰਿੰਦਰ ਫਿਕਸ ਮੈਚ ਖੇਡ ਉਹ ਤਾਂ ਇਹ ਕਰ ਰਹੇ ਨੇ ਜਿਨ੍ਹਾਂ ਨੂੰ ਪਾਵਰ ਦੀ ਲਾਲਸਾ ਹੈ ਲਸਟ ਫਾਰ ਪਾਵਰ ਹੈ ਉਹ ਕਰਦੇ ਨੇ ਜਿਹੜੇ ਲੜਾਈ ਲੜ ਰਹੇ ਨੇ ਜੱਦੋ ਜਹਿਦ ਕਰ ਰਹੇ ਨੇ ਉਹਨਾਂ ਨੇ ਕਿਸੇ ਨਾਲ ਫਿਕਸ ਮੈਚ ਖੇਡਣਾ ਜਦੋਂ ਲਾਲਚ ਇੱਕ ਹੁੰਦਾ ਤੁਹਾਡੇ ਕੋਲ ਕੋਈ ਗਰੀਡ ਹੈ ਤੁਸੀਂ ਪਾਵਰ ਚਾਹੁਣਾ ਚਾਹੁੰਦੇ ਹੋ ਤੁਸੀਂ ਕੋਈ ਪਾਵਰ ਅਸਰਵ ਕਰਨਾ ਚਾਹੁੰਦੇ ਹੋ ਉਹ ਤਾਂ ਇਸ ਗੱਲ 'ਚ ਪੈਣ ਜਿਨ੍ਹਾਂ ਕੋਲ ਜਿਹੜੇ ਲੜਾਈ ਲੜ ਰਹੇ ਨੇ ਔਰ ਜਿਨ੍ਹਾਂ ਨੇ ਪਾਵਰ ਅਸਰਵ ਕਰਨ ਦੇ ਬਾਰੇ ਸੋਚਦੇ ਹੀ ਨਹੀਂ ਹੈ ਉਹਨਾਂ ਨੇ ਕੀ ਫਿਕਸ ਮੈਚ ਖੇਡਣਾ ਠੀਕ ਡਾਕਟਰ ਜੀ ਸਵਾਲ ਇਹ ਹੈਗਾ ਕਿ ਜਦੋਂ ਬੇਅਦਬੀ ਦੇ ਮਾਮਲੇ ਹੋਏ ਜਿਹੜਾ ਤੁਸੀਂ ਸਾਰਾ ਕੇਂਦਰਿਤ ਕਰ ਰਹੇ ਹੋ ਉਸ ਇਸ਼ੂ ਵੱਲ 2015 ਵੱਲ ਮੇਰਾ ਸਵਾਲ ਇਹ ਹੈਗਾ ਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਉਦੋਂ ਤੋਂ ਪਿੱਛੇ ਵੱਲ ਨੂੰ ਹਟਣਾ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਦਲ ਜਾਂ ਉਸ ਤੋਂ ਪਹਿਲਾਂ ਨਹੀਂ ਉਸ ਤੋਂ ਪਹਿਲਾਂ ਹੀ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਨੇ 10 ਸਾਲ ਪਹਿਲਾਂ ਗਵਰਨਮੈਂਟ ਸੰਭਾਲਣ ਦੀ ਹਲੇ ਸਹੁੰ ਨਹੀਂ ਸੀ ਖਾਧੀ ਸੁਮੇਰ ਸਿੰਘ ਸੈਣੀ ਦੀ ਅਪਾਇੰਟਮੈਂਟ ਕਰਾ ਦਿੱਤੀ ਸੁਖਬੀਰ ਬਾਦਲ ਨੇ ਉਹਨੂੰ ਬਾਂਹ ਫੜ ਕੇ ਕਿਹਾ ਲੈ ਵੀ ਤੂੰ DGP ਬਣ ਮੈਂ ਸਮਝਦਾ ਕੋਈ ਅਕਾਲੀ ਦਲ ਆਪਣੇ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਦੇਦੇ ਵੀ ਇਹ ਠੀਕ ਡਿਸੀਜਨ ਸੀ ਇਹ ਕਹਿ ਦੇਵੇ ਮੈਂ ਸਮਝੂਗਾ ਮੈਂ ਸਿਰ ਝੁਕਾ ਦੂੰ ਉਸ ਬੰਦੇ ਨੂੰ ਸਿਰ ਸੈਣੀ ਕਰਕੇ ਅਕਾਲੀ ਦਲ ਉਹ ਇੰਡੀਕੇਸ਼ਨ ਹੈ ਜਿਹੜਾ ਕਿਲਰ ਬੜੇ ਮਸਲੇ ਹੈਗੇ ਡਾਕਟਰ ਜੀ ਨਹੀਂ ਨਹੀਂ ਸੁਣ ਜੇ ਵਾਜਪਾਈ ਸਾਹਿਬ ਦੀ ਗਵਰਨਮੈਂਟ ਵੇਲੇ ਸਨਅਤੀ ਪੈਕੇਜ ਦੀ ਗੱਲ ਹੋਵੇ ਮੇਰੀ ਗੱਲ ਤਾਂ ਬੜੇ ਬੜੇ ਇਸ਼ੂ ਹੈਗੇ ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਕਰਦੇ ਮੇਰੀ ਗੱਲ ਤਾਂ ਸੁਣ ਮੇਰੀ ਇਹ ਬਹੁਤ ਅਹਿਮ ਮਸਲਾ ਇਹ ਔਕਾਤ ਪਤਾ ਲੱਗਦੀ ਹੈ ਜਿੱਥੋਂ ਅਗਲੇ ਦੀ ਇੰਟੈਂਸ਼ਨ ਤੁਸੀਂ ਇੱਕ ਲਾਈਨ ਟੋ ਕਰ ਰਹੇ ਹੋ ਇੱਕ ਤੁਸੀਂ ਪਾਲਿਸੀ ਪ੍ਰੋਗਰਾਮ ਦੇ ਰਹੇ ਹੋ ਕੌਮ ਨੂੰ ਪੰਜਾਬ ਨੂੰ ਇਸੇ ਤਰੀਕੇ ਇਜ਼ਹਾਰ ਆਲਮ ਕੌਣ ਆ ਜੀ ਇਜ਼ਹਾਰ ਆਲਮ ਜਿਸ ਨੇ ਸੈਨਾ ਬਣਾਈ ਆ ਬੱਚਿਆਂ ਨੂੰ ਮਾਰਿਆ ਨਕੋਦਰ ਦੇ ਵਿੱਚ 4 ਬੱਚੇ ਮਾਰੇ ਇਸੇ ਕਿਸਮ ਦੀ ਗੱਲ ਹੋਈ ਜੋ ਹੁਣ ਹੋਈ ਆ 5 ਬੀੜਾਂ ਸੜੀਆਂ ਵਿਚਾਰਿਆਂ ਨੇ ਪ੍ਰੋਟੈਸਟ ਕੀਤਾ ਇੱਕ ਬੱਚੇ ਦੇ KP ਸਿੰਘ ਜੀ ਮੂੰਹ 'ਚ ਪਿਸਤੌਲ ਰੱਖ ਕੇ ਮਾਰਿਆ ਔਰ ਉਹ ਉਸ ਵੇਲੇ ਇਹ SSP ਸੀ ਇਜ਼ਹਾਰ ਆਲਮ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਹੋ ਫਿਰ ਇਹ ਲੈਜੀਟੀਮਾਈਜ਼ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲ ਇਜ਼ਹਾਰ ਆਲਮ ਨੂੰ ਵੀ ਛਾਤੀ ਨਾਲ ਲਾ ਰਿਹਾ DGP ਬਣਾ ਕੇ ਉਸ ਨੂੰ ਵੀ ਛਾਤੀ ਨਾਲ ਲਾ ਰਿਹਾ ਇਸੇ ਤਰੀਕੇ ਨਾਲ ਉਹਦੀ ਵਾਈਫ ਨੂੰ ਤੁਸੀਂ ਟਿਕਟ ਦੇ ਰਹੇ ਹੋ ਅਕਾਲੀ ਦਲ ਦਾ ਕਿਹੜੀ ਅਕਾਲੀ ਦਲ ਆ ਇਹ ਅਕਾਲੀ ਦਲ ਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਪੇਜ ਸੜਕਾਂ ਤੇ ਰੋਲ ਤੇ ਕਿਹੜੀ ਅਕਾਲੀ ਦਲ ਇਹ ਸ਼੍ਰੋਮਣੀ ਅਕਾਲੀ ਦਲ ਇਹ ਅਕਾਲੀ ਦਲ ਆ ਜਿਸ ਨੂੰ ਰੋਈਏ ਕਿਹੜੀ ਅਕਾਲੀ ਦਲ ਆ ਜਿਸ ਨੂੰ ਪਿੱਟੀਏ ਕਿਹੜੀ ਅਕਾਲੀ ਦਲ ਆ ਜਿਸ ਦੇ ਉੱਤੇ ਅਸੀਂ ਆਪਣੇ ਧੱਪੜੇ ਮਾਰ ਕੇ ਰੋਈਏ ਸਾਡੇ ਹੀ ਬੱਚੇ ਮਾਰਦੇ ਔਰ ਉਹਨਾਂ ਦੇ ਕੋਈ 2.5 ਸਾਲ ਐਕਸ਼ਨ ਨਹੀਂ ਲੈਂਦੇ ਇਹ ਅਕਾਲੀ ਦਲ ਆ ਇਹ ਸ਼੍ਰੋਮਣੀ ਅਕਾਲੀ ਦਲ ਮੈਂ ਧਾਰਨੀ ਸਾਹਿਬ ਨੂੰ ਬੜੀ ਨਿਮਰਤਾ ਸਾਹਿਬ ਤੇ ਬੇਨਤੀ ਕਰਦਾ ਛਾਤੀ ਤੇ ਹੱਥ ਰੱਖ ਕੇ ਕਹਿ ਦੇਣ ਵੀ ਇਹ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਫੈਸਲਾ ਠੀਕ ਸੀ DGP ਸੁਮੇਰ ਸਿੰਘ ਸੈਣੀ ਨੂੰ ਅਪੁਆਇੰਟ ਕਰਨਾ ਤੇ ਜਿਹੜਾ ਇਜ਼ਹਾਰ ਆਲਮ ਨੂੰ ਇੰਨਾ ਪ੍ਰੋਜੈਕਟ ਕਰਨਾ ਤੇ ਉਹਦੀ ਵਾਈਫ ਨੂੰ ਟਿਕਟ ਦੇਣਾ ਇਹ ਛਾਤੀ ਤੇ ਰੱਖ ਕੇ ਕਹਿ ਦੇ ਕੀ ਇਹ ਅਨੁਕੂਲ ਸੀ ਅਕਾਲੀ ਦਲ ਪਾਰਟੀ ਦੇ ਮੈਂ ਛਾਤੀ ਤੇ ਹੱਥ ਰੱਖ ਕੇ ਕਹਿਣਾ ਹਾਂਜੀ ਕਿ ਜੋ ਫੈਸਲੇ ਹੋਏ ਆ ਸਰਕਾਰਾਂ ਦੇ ਫੈਸਲੇ ਮੇਰੇ ਫੈਸਲੇ ਨਹੀਂ ਮੇਰੀ ਗੱਲ ਸੁਣੋ ਇੱਕ ਦਿਨ ਆਪਾਂ ਦੋਹੇ ਜਣੇ ਡਿਬੇਟ ਇੱਥੇ ਰੱਖ ਲੈਣੇ ਆ ਕਿ ਕੀ ਉਸ ਟਾਈਮ ਤੇ ਜਿਹੜਾ ਕੁਛ ਵੀ ਹੋਇਆ ਜਿਹੜੇ 79 ਲੋਕ ਮਾਰੇ ਗਏ ਚਾਹੇ ਉਹ ਲੰਡਰਗਰਦ ਬੰਦਿਆਂ ਨੇ ਮਾਰੇ ਜਾਂ ਉਹ ਮਾਰੇ ਉਹਨਾਂ ਨੂੰ ਦੱਸੋ ਉਹਨਾਂ ਦਾ ਬੋਲਦੇ ਨਹੀਂ ਉਹ ਜੈਸੀ
ਜਿਹੜੇ ਬਣਾ ਕੇ ਚਾਰ ਬੰਦੇ ਇਕੱਠੇ ਹੁੰਦੇ ਸੀ ਜੀ ਫਲਾਣਾ ਦਲ ਮੇਰਾ ਬਣ ਗਿਆ, ਫਲਾਣੀ ਫੋਰਸ ਬਣ ਗਈ ਜੀ, ਟਿਮਕੀ ਫੋਰਸ ਬਣ ਗਈ, ਬੱਸਾਂ ਦੇ ਵਿੱਚ ਲਾ ਲਾ ਕੇ ਬੰਦੇ ਮਾਰਤੇ, ਉਹ ਕਰਤੇ ਉਹ ਕਰਤੇ, ਉਹ ਠੀਕ ਸੀ? ਮੇਰੀ ਗੱਲ ਸੁਣ ਲਓ, ਧਾਰਨੀ ਸਾਹਿਬ ਨੂੰ ਪੁੱਛਦਾ, ਜਿਹੜੀ ਇੱਕ ਨਿਰਦੋਸ਼ ਮਾਂ ਦਾ ਪੁੱਤ ਸੈਣੀ ਮੋਟਰਸ ਵਾਲੇ, they were not six, they were, listen to me sunta lo, oh bechari 102 saal di budi hun mari hai, art tribune warge akhbar nu jehda bahuta sikhan de pro nahi hega, usne bhi editorial likhya us di maut te, te us oh jehde ohde bachche nu kitare ch khada kar liya, nahi dekho tusi kyon gal lagne pro nahi hai, aapa kyon gal lagne, ek minute tarri saab nahi, mere main sawal le lo, ek minute tarri saab baith lo, ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ, ਅਕਾਲੀ ਦਲ ਨੂੰ ਪੰਥਕ ਏਜੰਡੇ ਤੋਂ ਖਤਰਾ ਜਾਂ ਪੁਲਿਸ ਏਜੰਡੇ ਤੋਂ ਖਤਰਾ? ਤੁਸੀਂ ਵਾਰ ਵਾਰ ਪੁਲਿਸ ਦੀ ਗੱਲ ਕਰ ਰਹੇ ਹੋ, ਅਕਾਲੀ ਦਲ ਨੂੰ ਆਪਣੇ ਆਪ ਤੋਂ ਖਤਰਾ, ਆਪਣੇ ਗੁਨਾਹਾਂ ਤੋਂ ਖਤਰਾ, ਆਪਣੇ ਪਾਪਾਂ ਤੋਂ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ, ਅਕਾਲੀ ਦਲ ਦੀ ਸਿਹਤ ਕਿਉਂ ਵਿਗੜ ਰਹੀ ਹੈ ਕੀ ਹੈ, ਇੱਥੇ ਗੱਲ ਹੋਰ ਹੋ ਰਹੀ ਹੈ, ਇਹਨਾਂ ਗੱਲਾਂ ਦੇ ਵਿੱਚ ਕਿੰਨਾ ਦਮ ਹੈਗਾ, ਕਿੰਨਾ ਤੱਥ ਹੈਗਾ, ਤੁਸੀਂ ਸਭ ਸਮਝਦੇ ਹੋ ਇਸ ਗੱਲ ਨੂੰ, ਪਰ ਅਕਾਲੀ ਦਲ ਦੀ ਸਿਹਤ ਜੇ ਵਿਗੜ ਰਹੀ ਹੈ, ਕੁਛ ਤਾਂ ਅਕਾਲੀ ਦਲ ਨੂੰ ਮੰਥਨ ਕਰਨਾ ਪਵੇਗਾ, ਅਕਾਲੀ ਦਲ ਨੂੰ ਸੋਚਣਾ ਪਵੇਗਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਉਹ ਅਕਾਲੀ ਦਲ ਅੱਜ ਕਿੱਥੇ ਖੜਾ? ਬ੍ਰੇਕ ਤੋਂ ਵਾਪਸ ਆ ਕੇ ਆਖਰੀ ਹਿੱਸੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਟਕਸਾਲੀ ਆਗੂਆਂ ਦੀ ਸਿਹਤ ਨਾਸਾਜੀ ਦਾ ਸੀਜ਼ਨ ਕਿਉਂ ਹੈ, ਕਹਿੰਦੇ ਟਕਸਾਲੀ ਨਾ ਕਹੋ ਸਿਰਫ ਅਕਾਲੀ ਕਹੋ। ਕੁਸ਼ਲਪਾਲ ਸਿੰਘ ਮਾਨ, ਮੇਰਾ ਸਵਾਲ ਇਹ ਹੈਗਾ, ਸਦੇਵ ਸਿੰਘ ਟੀਂਡਸਾ, ਬਲਦੇਵ ਸਿੰਘ ਮਾਖਾ, ਜਥੇਦਾਰ ਅਵਤਾਰ ਸਿੰਘ ਮੱਕੜ, ਇਹਨਾਂ ਬਾਰੇ ਤੁਸੀਂ ਚਰਚਾ ਹੀ ਨਹੀਂ ਕਰਦੇ ਪਏ, ਇਹ ਕਿਉਂ ਰੁੱਸੇ, ਕਿਉਂ ਅਸਤੀਫੇ ਹੋਏ? ਜਿਹੜੇ ਜਦੋਂ ਪਾਵਰ ਚ ਆਏ ਉਹ ਆਪਣੇ ਆਪ ਲਈ ਪਾਵਰ ਹਥਿਆਉਣਾ ਚਾਹੁੰਦੇ ਸੀ, ਐਂਡ ਦੇ ਵਾਂਟਡ ਟੂ ਹੈਵ ਅ ਗੁੱਡ ਟਾਈਮ। ਹੁਣ ਨਹੀਂ, ਮੈਂ ਉਹ ਜੋ ਹੈ ਉਹ ਤੇ ਸਾਰੇ ਰੋਟ ਹੈ, ਜਿਹੜਾ ਬਾਦਲ ਪਰਿਵਾਰ ਹੈ ਇਹਨੇ ਆਪਣੀ ਪਾਵਰ ਆਪਣੇ ਪਰਿਵਾਰ ਚ ਰੱਖਣ ਲਈ ਜਿਹੜੀ ਇੰਡੀਅਨ ਸਟੇਟ ਦੀਆਂ ਏਜੰਸੀ ਸੀਗੀਆਂ ਉਹਨਾਂ ਦੀ ਟਿਊਨ ਪਲੇ ਕੀਤੀ। ਤੁਸੀਂ ਅੱਜ ਇਮੈਜਿਨ ਕਰੋ, ਜਿਹੜਾ ਅਕਾਲੀ ਦਲ, ਜਿਸ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਚਲਾਏ, ਸੂਬੇ ਪੰਜਾਬੀ ਸੂਬਾ ਮੋਰਚਾ ਚਲਾਇਆ, ਹੈ ਨਾ, ਜਿੱਥੇ ਇੰਨੀਆਂ ਸ਼ਹਾਦਤਾਂ ਹੋਈਆਂ, ਉਸ ਅਕਾਲੀ ਦਲ ਦੇ ਅੱਜ ਜਿਹੜੇ ਕੰਸਟੀਚੂਐਂਟ ਨੇ ਉਹਨਾਂ 'ਚੋਂ ਸਪਿਰਿਟ ਹੀ ਹੈ ਨਹੀਂ, ਬਿਕੋਜ਼ ਦ ਇੰਡੀਅਨ ਸਟੇਟ ਨੇ ਜਦੋਂ 84 ਤੋਂ ਬਾਅਦ ਉਹਨਾਂ ਨੇ, ਮੈਂ ਉਸ ਜਨਰੇਸ਼ਨ ਨੂੰ ਬਿਲੋਂਗ ਕਰਦਾ ਜਿਸਨੇ ਭੁਗਤਾਇਆ ਆਪਣੇ ਆਪ ਤੇ, ਠੀਕ ਹੈ, ਇਹ ਸਾਰੇ ਵੱਡੇ ਨੇ, ਇਹਨਾਂ ਨੇ ਦੇ ਵਰ ਆਊਟ ਆਫ ਦ ਸਿਸਟਮ, ਅਸੀਂ ਉਸ ਸਟੇਟ ਨੂੰ ਇੱਕ ਕਾਲਜ ਸੀ ਜੀ, ਹਾਂਜੀ ਮੈਂ ਕਾਲਜ ਸੀ, ਮੈਂ ਸਰ ਤੁਸੀਂ ਮੇਰੇ ਤੋਂ, ਮੈਂ 84 ਆਪਣੇ ਪਿੰਡੇ ਤੇ ਹੁੰਦਾ ਆ, ਮੈਂ ਉਹਦਾ ਫੈਕਟ ਵੀ ਹੈਗਾ ਨਾਲ, ਨਹੀਂ ਸਰ ਮੈਂ ਤਾਂ ਤੁਹਾਨੂੰ ਦੱਸਦਾ ਜਦੋਂ ਸੈਣੀ ਐਸਐਸਪੀ ਲੁਧਿਆਣੇ ਸੀ, ਆਈ ਵਾਜ਼ ਇਨ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਸਾਡੇ ਨਾਲ ਸਾਨੂੰ ਪਤਾ ਕੀ ਹੁੰਦਾ, ਤੁਸੀਂ ਤਾਂ ਕਹਿੰਦੇ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਗਲਤੀ ਸੀ ਸੁਮੇਧ ਸਿੰਘ ਸੈਣੀ ਨੂੰ ਲਾਉਣਾ। ਸੁਮੇਧ ਸਿੰਘ ਸੈਣੀ ਦੀ ਮੈਂ ਗੱਲ ਹੀ ਨਹੀਂ ਕਰਨਾ ਚਾਹੁੰਦਾ, ਮੈਂ ਇਹ ਗੱਲ ਕਰਨਾ ਚਾਹੁੰਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਪਾਵਰ ਆਪਦੇ ਘਰ 'ਚ ਰੱਖਣ ਨੂੰ ਇੰਡੀਅਨ ਸਟੇਟ ਦੀਆਂ ਏਜੰਸੀਜ਼ ਦੇ ਸਿਰ ਤੇ ਪਲੇ ਕਰਕੇ ਪੰਜਾਬ ਸਿੱਖਾਂ ਦੀ ਕੌਮ ਦੀ ਦੁਰਦਸ਼ਾ ਕੀਤੀ ਹੈ। ਸ਼ਹਾਦਤਾਂ ਜਿਹੜੀਆਂ 10 ਸਾਲ ਹੋਈਆਂ, 12 ਸਾਲ ਹੋਈਆਂ, ਉਹਨਾਂ ਨੂੰ ਯੂਨੋ ਕਿਉਂ ਕਿਸੇ ਨੂੰ, ਕਿਸੇ ਆਲਮ ਸੈਨਾ, ਕਿਸੇ ਸੁਮੇਧ ਸਿੰਘ ਸੈਣੀ ਦੀਆਂ ਨੋਬਡੀ, ਕਿਉਂ ਇਹਨਾਂ ਨੂੰ ਅਪੁਆਇੰਟ ਕੀਤਾ? ਬਿਕੋਜ਼ ਜਿਹੜੇ ਦੇ ਮਾਸਟਰ ਸੀਗੇ ਦਿੱਲੀ ਬੈਠੇ ਏਜੰਸੀਜ਼, ਦੇ ਵਾਂਟਡ ਟੂ ਪ੍ਰਮੋਟ ਹਿਮ। ਲੱਗਦਾ ਕਿ ਤੁਹਾਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੇ ਹੱਥਾਂ ਵਿੱਚ ਖੇਡਦਾ ਰਿਹਾ, ਬਿਲਕੁਲ ਆਰਐਸਐਸ ਐਂਡ ਏਜੰਸੀਜ਼, ਇਟ ਇਜ਼ ਅ ਪਾਲਿਸੀ ਆਫ ਸਟੇਟ ਕਰਾਫਟ। ਕੈਪਟਨ ਜੀ ਸਿੱਧੂ, ਆਪਾਂ ਸਾਰੇ ਉਹ ਇਲਜ਼ਾਮਬਾਜ਼ੀ ਤਾਂ ਸਾਰੇ ਕਰਦੇ ਪਏ, ਮੇਰਾ ਇੱਕ ਸਵਾਲ ਹੈ। ਨਹੀਂ ਇਲਜ਼ਾਮ ਨਹੀਂ ਹੈ, ਠੀਕ ਠੀਕ, ਮੈਂ ਕਿਸੇ ਦੇ ਪਰਸਨਲ ਇਲਜ਼ਾਮ ਨਹੀਂ ਲਾ ਰਿਹਾ, ਠੀਕ, ਇੱਕ ਮਿੰਟ ਕੈਪਟਨ ਜੀ ਸਿੱਧੂ, ਕੀ ਅੱਜ ਮੌਕਾ ਮਿਲੇ
सारे अकाली इकट्ठे हो जा ते जिहड़ी पंथक हताशी दी तुसीं गल करदे हो पंथक हताशी दी उस वल सारे पहरा देन हो सकदा है कि इह मैनूं दसो इह किवें हो सकदा है कि जिहड़ा अकाली दल श्रोमणी अकाली दल आपदे आप नूं श्रोमणी अकाली दल कहिंदे आ जिहड़ा श्रोमणी अकाली दल आपदे राज गुरु ग्रंथ साहिब दीआं बेअदबियां करवाउंदा उन्हां दे गुरु ग्रंथ साहिब दे पत्रे सड़कां ते रलाउंदा सच्चे सौदे वर्गे साधां नाल यारियां रखदा उन्हां नूं माफ करदा उन्हां तों 100 करोड़ रुपए दे सौदे करदा मुड़ के उहनूं नहीं करदे तो वह बेअदबियां करवाउंदा कदी इह गुरु नानक शाही फिल्म बनाउंदे ने कदी उहनूं इह माफ करदे ने कदी उहनूं पंथ चों छेक दिंदे ने ਇਹ ਅਕਾਲ ਤਖ਼ਤ ਸਾਹਿਬ ਤੋਂ ਸੌਦੇ ਕਰਦੇ ਨੇ ਨਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਖਸ਼ਿਆ ਅਕਾਲੀ ਕਦੇ ਇਕੱਠੇ ਨਹੀਂ ਹੋ ਸਕਦੇ ਨਾ ਇਹਨਾਂ ਨੇ ਅਕਾਲੀ ਵੰਡੇ ਗਏ ਹੁਣ ਇਕੱਠੇ ਕਿਹੜੇ ਅਕਾਲੀ ਕਿਹੜੇ ਅਕਾਲੀ ਇਹ ਇਹਨਾਂ ਨੂੰ ਅਸੀਂ ਅਕਾਲੀ ਮੰਨਦੇ ਹੀ ਨਹੀਂ ਇਹ ਤਾਂ ਨਾ ਤੁਸੀਂ ਇਹਨਾਂ ਨੂੰ ਅਕਾਲੀ ਮੰਨਦੇ ਹੋ ਨਾ ਟਕਸਾਲੀ ਮੰਨਦੇ ਹੋ ਮੰਨਦੇ ਕਿਉਂ ਫਿਰ ਮੈਨੂੰ ਤਾਂ ਇਹ ਨਹੀਂ ਸਮਝ ਆਈ ਆਪਾਂ ਇੱਕ ਘੰਟਾ ਹੋ ਗਿਆ ਡਿਬੇਟ ਕਰਦੇ ਨੂੰ ਆਪਾਂ ਨੂੰ ਇਹ ਤੱਕ ਨਹੀਂ ਪਤਾ ਲੱਗਾ ਅਕਾਲੀ ਕੌਣ ਟਕਸਾਲੀ ਕੌਣ ਇਹ ਅਕਾਲੀ ਦਲ ਨਹੀਂ ਹੈ ਇਹ ਕਿੱਡੇ ਕੋ ਅਕਾਲੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪਦੇ ਰਾਜ ਕਰਕੇ ਤੇ ਸਾਡੇ ਹੀ ਬੱਚੇ ਮਾਰਦੇ ਨੇ ਉਹਨਾਂ ਦੇ ਸੱਚੇ ਸੌਦੇ ਤੇ ਕੋਈ ਐਕਸ਼ਨ ਨਹੀਂ ਲੈਂਦੇ ਇੱਕ ਮਿੰਟ ਅਕਾਲੀ ਦਲ ਇਹਨਾਂ ਦਾ ਪਰਦਾ ਹੁਣ ਫਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਜਮਾਤ ਤੋਂ ਸਾਨੂੰ ਕੋਈ ਇਤਰਾਜ ਨਹੀਂ ਸਾਨੂੰ ਇਤਰਾਜ ਹੈ ਬਾਦਲ ਬਾਦਲ ਪਰਿਵਾਰ ਨੇ ਜਿਹਨੇ ਸੱਤਿਆ ਨਾਸ਼ ਕੀਤਾ ਇਹ ਸਵਾਲ ਦਾ ਜਵਾਬ ਦਿਓ ਤੁਸੀਂ ਇਤਰਾਜ ਕਹਿੰਦੇ ਅਕਾਲੀਆਂ ਤੋਂ ਨਹੀਂ ਹੈਗਾ ਗਾ ਇਤਰਾਜ ਬਾਦਲਾਂ ਤੋਂ ਜੇ ਕਿਸੇ ਪਰਿਵਾਰ ਦੇ ਵਿੱਚ ਇੱਕ ਪਿਓ ਦੇ 4-5-6 ਬੱਚੇ ਹੋਣ ਨਾ ਉਹ ਆਪਣੇ ਪਿਓ 'ਤੇ ਵੀ ਉਂਗਲੀ ਕਰ ਦਿੰਦੇ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਦੇਖੋ ਜਦੋਂ ਐਡਾ ਵੱਡਾ ਪਰਿਵਾਰ ਹੋ ਜਾਂਦਾ ਤਾਂ ਪਿਓ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੋ ਗਈਆਂ ਵੀ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਸਾਰੀ ਗੱਲ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੜ੍ਹ ਲਓ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਪੜ੍ਹ ਲਓ ਉਹਦੇ ਵਿੱਚ ਦੇਖੋ ਇਹ ਅਸੀਂ ਮਿਲ ਗੋਬਾ ਬਣਾਤਾ ਇਹ ਸਾਰੀ ਚੀਜ਼ ਨੂੰ ਦੇਖੋ ਬੇਅਦਬੀਆਂ ਇੱਕ ਗੱਲ ਹੈ ਉੱਥੇ ਦੋ ਬੰਦਿਆਂ ਦਾ ਮਰਨਾ ਇੱਕ ਗੱਲ ਹੈ ਗੋਲੀ ਚਲਾਉਣ ਵਾਲੀ ਜਿਹੜੀ ਗੱਲ ਹੈਗੀ ਆ ਇੱਕ ਗੱਲ ਹੈਗੀ ਆ ਔਰ ਜਿਹੜੀ ਮਾਫੀ ਵਾਲੀ ਇਹ ਗੱਲ ਹੈਗੀ ਆ ਗੱਲ ਇੱਕ ਹੀ ਹੈ ਪਰ ਦਲ ਇੱਕ ਹੀ ਹੈ ਗੱਲ ਇੱਕ ਹੈ ਪਰ ਦਲ ਇੱਕ ਹੈ ਦਲਿਆ ਲਾਲ ਦੇਖੋ ਦੇਖੋ ਸਾਰ ਉੱਥੇ ਹੱਸਦਾ ਹੈ ਮੇਰੀ ਇੱਕੋ ਹੀ ਧਾਰਨੀ ਸਾਹਿਬ ਨੂੰ ਇੱਕੋ ਰਿਕੁਐਸਟ ਹੈ ਇਹ ਕਿਉਂ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਦੀ ਉਮਰ ਦੀ ਅਖੀਰਲੀ ਪੜਾਅ 'ਚ ਹੈ ਐਡੀ ਕਿਹੜੀ ਗੱਲ ਹੈ ਮੈਂ ਨਾ ਕਮਿਸ਼ਨ ਦੀ ਰਿਪੋਰਟ ਲਾਉਣੇ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਪੇਸ਼ ਹੋ ਕੇ ਇੱਕ ਨਵਾਣਾ ਸਿੱਖ ਬਣ ਕੇ ਵੀ ਮੇਰੇ ਹੁੰਦਿਆਂ ਜਿਹੜੀਆਂ ਮੇਰੀ ਗਲਤੀ ਹੋਈ ਹੈ ਮੈਨੂੰ ਜਿਹੜੀ ਗੱਲ ਬਖਸ਼ਾ ਦਿਓ ਗੁਰੂ ਤੋਂ ਜਾ ਕੇ ਸਿਰ ਨਵਾਣ ਕਰਨਾ ਤੁਸੀਂ ਗੁਰੂਆਂ ਦੇ ਸਾਹਮਣੇ ਤੁਸੀਂ ਹੋ ਗੁਰੂਆਂ ਦਾ ਸਿਰ ਨਵਾਣ ਕਰਨਾ ਤੁਸੀਂ ਮੇਰੀ ਗੱਲ ਸੁਣੋ ਉਹਨੇ ਤੇ ਕੁਐਸਚਨ ਗੱਲ ਸਾਹਿਬ ਇਹ ਤੁਹਾਡੇ ਐਲੀਗੇਸ਼ਨ ਹੈ ਗੁਰੂ ਤੁਹਾਡੇ ਗ੍ਰੰਥ ਸਾਹਿਬ ਦੀ ਬੇਅਦਬੀ ਉਹਦੇ ਰਾਜ ਹੋਈ ਹੈ ਕੀ ਹੁੰਦਾ ਤੁਸੀਂ ਆਪ ਵੀ ਖਾਲੀ ਆਪਸ ਲੜੀ ਜਾਣਾ ਚੁਣਦੇ ਰਹੋ ਤੁਹਾਡੇ ਐਲੀਗੇਸ਼ਨ ਹੈ ਕੈਪਟਨ ਦੱਸ ਦੋ ਨਹੀਂ ਨਹੀਂ ਕੈਪਟਨ ਦੱਸ ਦੋ ਇੱਕ ਗੱਲ ਦਾ ਜਵਾਬ ਦੇ ਭਾਈ ਗੁਰੂ ਗ੍ਰੰਥ ਸਾਹਿਬ ਅੱਗੇ ਜੇ ਮੋਦੀ ਪਾਰਟੀ ਪਾਉਂਦੇ ਫਿਰ ਤੁਸੀਂ ਕੀ ਕਰਦੇ ਖੁਦ ਅਕਾਲੀ ਤੁਸੀਂ ਸਾਰੇ ਆਪਸ ਲੜੀ ਜਾਂਦੇ ਆ ਡਟ ਢਿੱਲੋ ਲਾਸਟ ਮਿੰਟ ਤੁਹਾਡਾ ਚਾਹੀਦਾ ਮੈਂ ਲਾਸਟ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਕੀ ਮੰਗਣਾ ਚਾਹੁੰਦਾ ਮੈਂ ਦੱਸ ਦਿੰਦਾ ਜੀ ਇੱਕੋ ਗੱਲ ਮੈਂ ਇੱਕ ਅਨਾਲੋਜੀ ਇਹ ਕਹਿ ਰਹੇ ਮਾਫੀ ਮੰਗਣੀ ਚਾਹੀਦੀ ਜਿਹੜੀ ਬੜੀ ਫੇਮਸ ਅਨਾਲੋਜੀ ਆ ਨੈਪੋਲੀਅਨ ਦੇ ਉੱਤੇ ਹੀ ਵਾਸ ਅ ਚਾਈਲਡ ਆਫ ਦੀ ਰੈਵੋਲੂਸ਼ਨ ਹੂ ਕਿਲਡ ਹਿਸ ਓਨ ਮਦਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਸ਼ਬਦ ਨੇ ਇੰਸਟੀਟਿਊਸ਼ਨ ਨੇ ਦਿੱਤਾ ਉਸ ਬੰਦੇ ਨੇ ਉਸ ਨੂੰ ਹੀ ਖਤਮ ਕਰ ਦਿੱਤਾ ਹੀ ਇਜ਼ ਅ ਕਿਲਰ ਹੀ ਸ਼ੁੱਡ ਬੀ ਪੁੱਟ ਬਿਫੋਰ ਦੀ ਬਾਰ ਐਂਡ ਹੀ ਸ਼ੁੱਡ ਬੀ ਕੁਐਸਚਨਡ ਪਬਲਿਕ ਉਸ ਦੀ ਟਰਾਇਲ ਹੋਣੀ ਚਾਹੀਦੀ ਆ ਓਪਨ ਟਰਾਇਲ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਦੇ ਗੁਨਾਹਾਂ 'ਤੇ ਜਿਹੜੀ ਪੰਜਾਬ ਦੀ ਜਨਤਾ ਜਿਹੜੇ ਸਿੱਖ ਲੋਕ ਆ ਉਸ ਨੂੰ ਕੁਐਸਚਨ ਕਰ ਸਕਦੇ ਮਾਫੀ ਮੰਗਣ ਦਾ ਕੋਈ ਰਾਹ ਨਹੀਂ ਹੈਗਾ ਉਹਨਾਂ ਅੱਗੇ ਮਾਫੀ ਤਾਂ ਉਹ ਮੰਗੇਗਾ ਨਹੀਂ ਮਾਫੀ ਮੰਗ ਲੈਣ ਜਾ ਕੇ ਉੱਥੇ ਨਹੀਂ ਮਾਫੀ ਮੰਗਣ ਨਹੀਂ ਸਕਦਾ ਕਿਉਂਕਿ ਕ੍ਰਿਮੀਨਲ ਕੇਸ ਆ ਵਾਂਸ ਹੀ ਸੇਜ਼ ਬਿਫੋਰ ਇਵਨ ਦੀ ਅਕਾਲੀ ਦਲ ਵੀ ਮੇਰੇ ਤੋਂ ਗਲਤੀ ਆ ਹੀ ਇਜ਼ ਬਿਹਾਈਂਡ ਦੀ ਬਾਰ ਹੀ ਇਜ਼ ਬਿਹਾਈਂਡ ਦੀ ਬਾਰ ਇਹ ਟੈਕਨੀਕਲ ਗੱਲ ਹੈਗੀ ਆ ਉਹ ਫਸਿਆ ਹੋਇਆ ਇਸ ਤਰੀਕੇ ਨਾਲ ਬੁਰੀ ਤਰੀਕੇ ਦੇ ਨਾਲ ਤੋ ਅੱਜ ਜ਼ਰੂਰਤ ਆ ਪ੍ਰਕਾਸ਼ ਸਿੰਘ ਗਾਰੇ ਮਾਰਦੇ ਆ ਹਰ ਕਰ ਦੇਾਂਗੇ ਉਹ ਕਰ ਦੇਾਂਗੇ ਲੋ ਸਾਹਿਬ ਢਿੱਲੋਂ ਸਾਹਿਬ ਉਹਨਾਂ ਦੀ ਜਿਹੜਾ ਬੰਦਾ ਸਿੱਖੀ ਦੀ ਗੱਲ ਕਰ ਰਿਹਾ ਉਹਨੂੰ ਕਹਿ ਦਿੰਦਾ ਸੀ ਕਿ ਐਲੀਗੇਸ਼ਨ ਉਹਦੇ ਤੇ ਲਾਤਾ
ਫਾਇਰਿੰਗ ਦਾ ਐਲੀਗੇਸ਼ਨ ਉਹਦੇ ਤੇ ਦੱਸਿਆ ਨਹੀਂ ਬਾਦਲ ਨੇ ਅਕਾਲੀ ਦਲ ਦੇ ਅਕਾਲੀ ਦਲ ਦੇ ਸੰਕਟ ਅੱਗੇ ਹੁਣ ਰਾਹ ਕੀ ਹੈ ਅਕਾਲੀ ਦਲ ਇਹਨਾਂ ਦੇ ਕੋਲ ਕੋਈ ਰਸਤਾ ਨਹੀਂ ਇਹ ਸਿਰਫ ਤੇ ਸਿਰਫ ਇੱਕੋ ਹੀ ਰਸਤਾ ਕਿ ਆਪਣਾ ਆਰਾਮ ਨਾਲ ਪਿੱਛੇ ਬੈਠ ਜਾਣ ਜਿਹੜੀ ਕਰਪਸ਼ਨ ਦੇ ਨਾਲ ਵੱਡੇ ਵੱਡੇ ਜਾਇਦਾਦਾਂ ਲੁੱਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਵੀ ਇਹਨਾਂ ਨੇ ਆਪਣੇ ਟਰੱਸਟ ਬਣਾ ਕੇ ਆਪਣੇ ਨਾਵਾਂ 'ਤੇ ਕਰਾਈਆਂ ਹੋਈਆਂ ਉਹ ਸਾਰੀਆਂ ਸਰੈਂਡਰ ਕਰ ਦੇਣ ਇਮਾਨਦਾਰੀ ਦੇ ਨਾਲ ਤਾਂ ਹੈਗਾ ਰਸਤਾ ਜੇ ਉਹਨਾਂ ਨੇ ਇਸੇ ਤੁਸੀਂ ਸਾਰੇ ਕਾਨੂੰਨੀ ਰਸਤਾ ਕਿਉਂ ਨਹੀਂ ਅਪਣਾਉਂਦੇ ਕੇਸ ਕਰਾਉਣਾ ਉਹਨਾਂ ਤੇ ਕੇਸ ਤਾਂ ਕਿਹਨੇ ਕਰਨਾ ਉਹ ਤਾਂ ਇਹਨਾਂ ਦਾ ਦੋਸਤ ਆ ਅਮਰਿੰਦਰ ਸਿੰਘ ਡਾਕੂਮੈਂਟ ਡਿਫੈਂਡਿੰਗ ਇਹਨਾਂ ਕੋਲ ਹੈ ਜਿਹੜਾ ਦਿੱਲੀ ਵਾਲਾ ਕਿਸੇ ਕੇਸ ਉਹ ਇੱਕੋ ਹੀ ਆਕਾ ਇਹਨਾਂ ਦਾ ਆਰਐਸਐਸ ਔਰ ਜਿਹੜੀ ਸੈਂਟਰਲ ਗਵਰਨਮੈਂਟ ਆ ਦੇ ਆਰ ਪ੍ਰੋਟੈਕਟਿੰਗ ਬੋਥ ਆਫ ਦੈਮ ਦੋਨਾਂ ਦੀਆਂ ਤੜਾਵਾਂ ਉਹਨਾਂ ਦੇ ਹੱਥ ਦੇ ਵਿੱਚ ਆ ਆਰਐਸਐਸ ਦੇ ਕੋਲ ਤੇ ਸੈਂਟਰਲ ਗਵਰਨਮੈਂਟ ਦੇ ਕੋਲ ਉਹ ਦੋਨਾਂ ਨੂੰ ਬਰਗਾੜੀ ਦੀਆਂ ਕਿਹਦੇ ਕੋਲ ਹੈ ਜੀ ਬਰਗਾੜੀ ਦੀਆਂ ਵੀ ਸਾਰੀਆਂ ਅਮਰਿੰਦਰ ਸਿੰਘ ਕੋਲ ਆ ਉਹ ਬਚਾ ਰਿਹਾ ਤੁਹਾਡੇ ਚਲੋ ਮੈਂ ਤੁਹਾਡਾ ਬਹੁਤ ਧੰਨਵਾਦ ਕੈਪਟਨ ਜਨਰਲ ਸਿੰਘ ਤੁਹਾਡਾ ਬਹੁਤ ਧੰਨਵਾਦ ਧਾਰਨੀ ਸਿੰਘ ਤੁਹਾਡਾ ਬਹੁਤ ਧੰਨਵਾਦ ਤੇ ਕੁਸ਼ਲਪਾਲ ਜੀ ਤੁਹਾਡਾ ਬਹੁਤ ਧੰਨਵਾਦ ਅਕਾਲੀਆਂ ਦੀ ਸਿਹਤ ਨਾਸਾ ਜੀ ਪਿੱਛੇ ਅਸਲ ਵਜ੍ਹਾ ਕੀ ਆ ਇਸ ਸਭ ਦੇ ਵਿੱਚ ਅਸੀਂ ਵਿਰੋਧੀ ਪਾਰਟੀਆਂ ਨਹੀਂ ਸੱਦੀਆਂ ਪਰ ਵਿਰੋਧੀ ਕਹਿੰਦੇ ਕੀ ਉਹ ਤੁਸੀਂ ਸੁਣ ਲਓ ਮੈਨੂੰ ਇਜਾਜ਼ਤ ਦਿਓ ਧੰਨਵਾਦ ਇੱਕ ਧ੍ਰਿਤਰਾਸ਼ਟਰ ਉਹ ਸੀ ਜਿਹਦੀਆਂ ਅੱਖਾਂ ਨਹੀਂ ਸੀ ਉਹਨੂੰ ਹਸਤਨਾਪੁਰ ਨਹੀਂ ਸੀ ਦਿਖਦਾ ਉਹਨੂੰ ਦੁਰਯੋਧਨ ਦਿਖਦਾ ਸੀ ਤੇ ਇੱਕ ਧ੍ਰਿਤਰਾਸ਼ਟਰ ਪੰਜਾਬ 'ਚ ਦੋ ਅੱਖਾਂ ਲੈ ਕੇ ਪੈਦਾ ਹੋਇਆ ਉਹਨੂੰ ਵੀ ਪੰਜਾਬ ਨਹੀਂ ਦਿਖਿਆ ਕਿਤੇ ਉਹਨੂੰ ਵੀ ਸੂਬੇ ਦਾ ਹਿੱਤ ਨਹੀਂ ਦਿਖਿਆ ਕਿਤੇ ਉਹਨੂੰ ਵੀ ਆਪਣਾ ਪੁੱਤਰ ਹੀ ਦਿਖਦਾ ਸੀ ਪ੍ਰਾਈਵੇਟ ਲਿਮਿਟਡ ਕੰਪਨੀ ਬਣਾਤੀ ਇਹਨਾਂ ਨੇ ਟਕਸਾਲੀ ਅਕਾਲੀ ਪਿੱਛੇ ਕਰਕੇ ਦੇਖੋ ਪੰਜਾਬ ਵਿੱਚ 2015 ਦੇ ਵਿੱਚ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਸੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਢੀਂਡਸਾ ਸਾਹਿਬ ਦਾ ਜਿਹੜਾ ਹਿਰਦਾ ਹੈਗਾ ਉਹਨਾਂ ਨੂੰ ਲੈ ਕੇ ਚਿੰਤਤ ਆ ਉਹਨਾਂ ਨੂੰ ਲੈ ਕੇ ਉਹ ਦੁਖੀ ਹਿਰਦਾ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਉਹਨੇ ਅਸਤੀਫਾ ਦਿੱਤਾ ਹੈਗਾ ਵੈਸੇ ਸਪਸ਼ਟ ਨਹੀਂ ਕੀਤਾ ਪਰ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਅਕਾਲੀ ਦਲ ਦੇ ਖਿਲਾਫ ਲੋਕ ਮੁਜ਼ਾਹਰੇ ਕਰ ਰਹੇ ਨੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੜਨ ਨਹੀਂ ਦੇ ਰਹੇ ਪਿੰਡਾਂ 'ਚ ਇਸ ਤੋਂ ਡਰਦੇ ਹੋਏ ਢੀਂਡਸਾ ਸਾਹਿਬ ਨੇ ਅਸਤੀਫਾ ਦਿੱਤਾ ਹੈਗਾ ਆਪਾਂ 7 ਤਰੀਕ ਨੂੰ ਕੋਟਕਪੂਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਔਰ ਦੋ ਨੌਜਵਾਨਾਂ ਦੇ ਮਾਰੇ ਜਾਣ ਦਾ ਜਿਹੜਾ ਰੋਸ ਮਾਰਚ ਕੀਤਾ ਇਹ ਸਾਰਾ ਇਕੱਲਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਕਿਸੇ ਵਿਅਕਤੀ ਜਾਂ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂਗਾ ਇਹ ਸਾਰੇ ਪੰਜਾਬੀਆਂ ਦਾ ਇੱਕ ਮਿਲ ਕੇ ਉਪਰਾਲਾ ਵਾ ਔਰ ਖਾਸ ਤੌਰ 'ਤੇ ਮੇਰਾ ਢੀਂਡਸਾ ਸਾਹਿਬ ਨੂੰ ਬ੍ਰਹਮਪੁਰਾ ਸਾਹਿਬ ਨੂੰ ਸੇਖਵਾਂ ਸਾਹਿਬ ਨੂੰ ਇਹ ਸੱਦਾ ਵਾ ਕਿ ਆਓ ਆਪਾਂ ਇਨਸਾਫ ਲੈਣ ਦਾ ਉਪਰਾਲਾ ਕਰੀਏ ਅੱਜ ਢੀਂਡਸਾ ਸਾਹਿਬ ਦੇ ਅਸਤੀਫੇ ਨੇ ਗੱਲ ਸਾਫ਼ ਅਤੇ ਸਪਸ਼ਟ ਕਰਤੀ ਆ ਬਰਗਾੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਬਾਈਬਲ ਅਤੇ ਕੋਟਕਪੂਰਾ ਗੋਲੀ ਕਾਂਡ ਐਂਡ ਪੰਜਾਬ ਦੇ ਅੰਦਰ ਚਿੱਟੇ ਨਸ਼ੇ ਦਾ ਪ੍ਰਚਲਨ ਅਕਾਲੀ ਦਲ ਸੁਖਬੀਰ ਸੈਨਾ ਸੁਖਬੀਰ ਬਾਦਲਾਂ ਦੇ ਟੱਬਰ ਵੱਲੋਂ ਕੀਤਾ ਹੋਇਆ ਸੀ ਇਸ ਕਰਕੇ ਅਕਾਲੀ ਦਲ ਨੂੰ ਫਿਲਟਰ ਕਰਨ ਦੀ ਜ਼ਰੂਰਤ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਸ ਗੱਲ ਦਾ ਵੀ ਯਕੀਨ ਹੈਗਾ ਕਿ ਢੀਂਡਸਾ ਸਾਹਿਬ ਦੇ ਇਸ ਕਦਮ ਤੋਂ ਬਹੁਤ ਸਾਰੇ ਅਕਾਲੀ ਦਲ ਦੇ ਅੰਦਰ ਜਿਉਂਦੀ ਜਾਗਦੀ ਜ਼ਮੀਰ ਵਾਲੇ ਲੋਕ ਇਹ ਫੈਸਲਾ ਲੈਣਗੇ ਦੇਖੋ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਕਿ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਉਹਦਾ ਬਾਦਲਾਂ ਨੇ ਭੋਗ ਪਾ ਦਿੱਤਾ ਹੁਣ ਉਹ ਬਾਦਲ ਦਲ ਬਣ ਗਿਆ ਅਤੇ ਬਾਦਲ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵਰਗੇ ਜਿਹੜੇ ਆਗੂ ਉਹਨਾਂ ਦਾ ਮੈਂ ਸਮਝਦਾ ਵੀ ਦਮ ਘੁੱਟਦਾ ਸੀਗਾ ਜੋ ਬੇਅਦਬੀ ਹੋਈ ਉਹਨਾਂ ਦੇ ਰਾਜ 'ਚੋਂ ਕੁਛ ਕਰ ਨਹੀਂ ਸਕੇ ਅਤੇ ਬਾਦਲ ਨੇ ਪੁੱਤਰ ਮੋਹ ਦੇ ਵਿੱਚ ਆ ਕੇ ਸਾਰੇ ਟਕਸਾਲੀ ਅਕਾਲੀ ਆਗੂਆਂ ਨੂੰ ਪਿੱਛੇ ਕਰਕੇ ਅਤੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾ ਦਿੱਤਾ ਉਸ ਕਰਕੇ ਉਹਨਾਂ ਦੇ ਮਨ ਦੁਖੀ ਸੀ ਅਤੇ ਮੈਨੂੰ ਲੱਗਦਾ ਇੱਕ ਇੱਕ ਕਰਕੇ ਢੀਂਡਸਾ ਤੋਂ ਸ਼ੁਰੂਆਤ ਹੋਈ ਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦਾ ਦਮ ਬਾਦਲ ਦਲ 'ਚ ਘੁੱਟ ਰਿਹਾ ਅਤੇ ਜਿਨ੍ਹਾਂ ਨੂੰ ਬੇਅਦਬੀ ਦਾ ਦੋਖਾ ਆਉਣ ਵਾਲੇ ਦਿਨਾਂ 'ਚ ਉਹ ਬਾਹਰ ਆਉਣਗੇ